ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਰਾਜੀਵ ਸ਼ਰਮਾ ਜਗ ਪੰਜਾਬੀ ਟੀਵੀ ਤੋਂ ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਜਰਾ ਹਟਕੇ ਜਰਾ ਹਟਕੇ ਦੇ ਵਿੱਚ ਅਸੀਂ ਹਮੇਸ਼ਾ ਹੀ ਇੱਕ ਨਵੀਂ ਸੀਰੀਜ਼ ਲੈ ਕੇ ਆਨੇ ਆ ਵਕ ਵਕ ਜਿਹੜੇ ਲੋਕ ਇੱਥੇ ਹਟਕੇ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਅੱਗੇ ਕਰਦੇ ਆ ਪ੍ਰੋਫੈਸ਼ਨ ਸਾਰਿਆਂ ਦੇ ਕਈ ਵਾਰੀ ਸੇਮ ਹੁੰਦੇ ਲੇਕਿਨ ਉਹ ਹਟਕੇ ਕਿਸ ਪ੍ਰੋਫੈਸ਼ਨ ਚ ਕਰ ਰਹੇ ਆ ਉਹਦੇ ਬਾਰੇ ਅਸੀਂ ਜਗ ਪੰਜਾਬੀ ਤੇ ਹਮੇਸ਼ਾ ਹੀ ਤੁਹਾਨੂੰ ਇੱਕ ਨਵੀਂ ਚੀਜ਼ ਇੰਟਰੋਡਿਊਸ ਕਰਾਉਣੇ ਆ ਤੇ ਅੱਜ ਅਸੀਂ ਪਹੁੰਚੇ ਜੀ वूਮਨ ਰੌਕ ਸੈਂਟਰ ਵੂਮਨ ਰੌਕ ਸੈਂਟਰ ਇਟਸ ਨਾਟ ਅ ਜਿਮ ਇਟਸ ਬੇਸਿਕਲੀ ਫਿਟਨੈਸ ਸਟੂਡੀਓ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਪਿੱਛੇ ਲੁੱਕ ਦੇਖ ਸਕਦੇ ਹੋ ਇਹ ਸਟੂਡੀਓ ਲੁੱਕ ਹੈਗੀ ਹੈ ਇਹ ਕਿੱਥੋਂ ਜਿਮ ਦੀ ਲੁੱਕ ਨਹੀਂ ਆਉਂਦੀ ਕਿ ਪ੍ਰੋਪਰ ਜਿਮ ਹੀ ਹੈ ਜੀ ਮਸ਼ੀਨਾਂ ਚੱਲਣੀਆਂ ਤੇ ਤੁਸੀਂ ਆ ਕੇ ਸਿਰਫ ਐਕਸਰਸਾਈਜ਼ ਕਰਨੀ ਹੈ ਔਰ ਸਾਡੇ ਨਾਲ ਜੁੜ ਰਹੇ ਨੇ ਵੂਮਨ ਰੌਕ ਸੈਂਟਰ ਤੋਂ ਮੋਨਿਕਾ ਅਰੋੜਾ ਜੀ ਜਿਹੜੇ ਕਿ ਇੱਥੇ ਦੇ ਹੈੱਡ ਟ੍ਰੇਨਰ ਕਹਿ ਸਕਦੇ ਆਪਾਂ ਚੀਫ ਆਫ ਦਾ ਜਿਮ ਕਹਿ ਸਕਦੇ ਆ ਸਪੈਸ਼ਲ ਟ੍ਰੇਨਿੰਗ ਕੋਚ ਕਹਿ ਸਕਦੇ ਆ ਸੋ 올 ਟੁਗੇਦਰ ਮਾਨਿਕਾ ਰੋੜਾ ਜੀ ਸਵਾਗਤ ਹੈ ਤੁਹਾਡਾ ਜੱਗ ਪੰਜਾਬੀ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਜੀ ਜੀ ਸਤਿ ਸ਼੍ਰੀ ਅਕਾਲ ਜੀ ਸੋ ਮਾਈਸੈਲਫ ਮਾਨਿਕਾ ਸੋ ਔਮਨ ਰੌਕ ਸੈਂਟਰ ਜਿੱਦਾਂ ਤੁਸੀਂ ਦੱਸਿਆ ਕਿ ਇਟਸ ਨਾਟ ਅ ਰੈਗੂਲਰ ਜਿਮ ਰੈਗੂਲਰ ਜਿਮ ਨਹੀਂ ਹੈਗਾ ਇੱਕ ਇੱਕ ਫਿਟਨੈਸ ਸਟੂਡੀਓ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇੱਕ ਟਰੇਨਰ ਆ ਤੁਹਾਡੇ ਕੋਲ ਤੁਹਾਨੂੰ ਟ੍ਰੇਨਿੰਗ ਮਿਲਦੀ ਆ ਤੁਹਾਨੂੰ ਮੀਲ ਪਲਾਨ ਮਿਲਦਾ ਹੈ ਨਿਊਟ੍ਰੀਸ਼ਨ ਬਾਰੇ ਗਾਈਡੈਂਸ ਮਿਲਦੀ ਹੈ ਈਵਨ ਤੁਹਾਡੀਆਂ ਇੰਜਰੀਜ਼ ਆ ਜਿਹੜੀਆਂ ਉਹਨਾਂ ਨੂੰ ਵੀ ਆਪਾਂ ਲੋਕ ਕਰਾਉਂਡ ਕਰਦੇ ਕਿ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਫਿਰ ਆਪਣੇ ਕੋਲ ਇਮੋਸ਼ਨਲੀ ਤੇ ਮੈਂਟਲੀ ਵੀ ਆਪਾਂ ਜਿਹੜਾ ਹੈਗਾ ਕਿ ਵਿਮਨ ਤੇ ਮੈਂਦੀ ਹੈਲਥ ਤੇ ਵਰਕ ਕਰਦੇ ਆ ਸੋ ਦੈਟਸ ਵਾਈ ਆਪਾਂ ਕਹਾਂਗੇ ਥੋੜਾ ਜਿਹਾ ਹਟਕੇ ਆ ਜਾਂਦਾ ਮਤਲਬ ਇਹ ਆਪਾਂ ਹਟਕੇ ਕਹਿ ਰਹੇ ਜੀ ਇਹਨਾਂ ਨੇ ਕਿਹਾ ਵੀ ਤੁਸੀਂ weight ਤਾਂ lose ਕਰੋਗੇ ਪਲਸ ਤੁਹਾਡੀ ਡਾਈਟ ਕੰਟਰੋਲ ਕਰਾਂਗੇ ਤੁਹਾਡਾ ਮੈਂਟਲ ਫਿਜ਼ੀਕਲ ਦੋਨੋਂ ਲੈਵਲ ਨੂੰ ਇਹ ਕੰਟਰੋਲ ਕਰਨ ਚ ਤੁਹਾਡੀ ਹੈਲਪ ਕਰਦੇ ਆ ਤਾਂ ਹੀ ਇਹ ਜਰਾ ਹਟਕੇ ਹੈਗਾ ਵੂਮਨ ਰੌਕ ਸੈਂਟਰ ਵੂਮਨ ਰੌਕ ਸੈਂਟਰ ਬੇਸਿਕਲੀ ਮੋਨਿਕਾ ਰੌਡ ਐਂਡ ਵੂਮਨ ਰੌਕ ਸੈਂਟਰ ਇੱਕੋ ਹੀ ਨਾਮ ਜਾਣਿਆ ਜਾਂਦਾ ਠੀਕ ਹੈ ਜੀ ਤੇ ਇਸ ਟਰੇਡ ਦੇ ਵਿੱਚ ਇਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕਿੱਦਾ ਹੈ ਮੇਰੀ ਐਕਚੁਅਲੀ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਨਰਸਿੰਗ ਦੇ ਵਿੱਚ ਹੈ ਮੈਂ ਐਕਚੁਅਲੀ ਆਰਐਨਐ ਫਰਮ ਇੰਡੀਆ ਤੇ ਮੈਂ ਇੱਥੇ ਆ ਕੇ ਆਪਣੇ ਸਾਰੇ ਐਗਜ਼ਾਮਸ ਆ ਜਿਹੜੇ ਉਹ ਕਲੀਅਰ ਕੀਤੇ ਪਰ ਜਦੋਂ ਤੱਕ ਮੇਰੀ ਉਹ ਜਰਨੀ ਚੱਲ ਰਹੀ ਸੀ ਨਰਸਿੰਗ ਦੀ ਇੰਡੀਆ ਤੋਂ ਐਜ਼ ਅ ਸਟੂਡੈਂਟ ਔਨ ਦੀ ਤੇ ਮੇਰੇ ਕੋਲ ਇੱਕ ਓਪਰਚ्युनिटी ਆਈ ਕਿ ਫਿਟਨੈਸ ਟ੍ਰੇਨਰ ਦਾ ਲਾਇਸੈਂਸ ਹੈ ਜਿਹੜਾ ਲੈ ਕੇ ਤੁਸੀਂ ਲੋਕਾਂ ਨੂੰ ਟ੍ਰੇਨ ਕਰ ਸਕਦੇ ਹੋ ਤੇ ਉਸ ਟਾਈਮ ਤੇ ਮੇਰਾ ਟਾਈਮ ਸੀ ਮੈਂ ਸਟੂਡੈਂਟ ਸੀ ਤੇ ਮੈਂ ਗੈਸਟ੍ਰੇਸ਼ਨ ਤੇ ਕੰਮ ਕਰਦੀ ਹੁੰਦੀ ਸੀ ਸੋ ਦੈਨ ਆ ਵਾਸ ਲਾਈਕ ਯੂ نو ਮੈਂ ਹਮੇਸ਼ਾ ਸਪੋਰਟਸ ਚ ਰਹੀ ਹਾਂ ਮੈਂ ਇੰਡੀਆ ਚ ਵੀ ਜੁੜੀ ਹੋਈ ਸੀ ਓਕੇ ਸੋ ਆਈ ਵਾਸ ਲਾਈਕ ਕਿ ਚਲੋ ਟ੍ਰਾਈ ਕੀਤਾ ਜਾ ਸਕਦਾ ਯੂ نو ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਹੈ ਨਹੀਂ ਲਾਈਕ ਡਾਈਟ ਬਾਰੇ ਮੈਨੂੰ ਵੀ ਨੋਲੇਜ ਹੈ ਜਿਹੜੀਆਂ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਸੀ ਕਿਉਂਕਿ ਆਪਣੀ ਡਾਈਟ ਬਹੁਤ ਡਿਫਰੈਂਟ ਹੈ ਕਿ ਟ੍ਰੇਨਿੰਗ ਬਹੁਤ ਡਿਫਰੈਂਟ ਹੈ ਬਾਡੀ ਬਹੁਤ ਡਿਫਰੈਂਟ ਹੈ ਹੈਨਾ ਆਪਾਂ ਉਦਾਂ ਨਹੀਂ ਟ੍ਰੇਨ ਕਰ ਸਕਦੇ ਜਿੰਨਾ ਆਪਾਂ ਹੋਰ ਕਮਿਊਨਿਟੀਆਂ ਨੂੰ ਟ੍ਰੇਨ ਕਰਦੇ ਆਪਣੀ ਬਾਡੀ ਦਾ ਫਰੇਮ ਮੋਸਟਲੀ ਆਪਾਂ ਜੇ ਦੇਖੀ ਆਪਣੀ ਟਮੀ ਤੇ ਫੈਟ ਹੁੰਦੀ ਆ ਬਿਲਕੁਲ ਜੀ ਹੈਨਾ ਸੋ ਉਹ ਚੀਜ਼ਾਂ ਨੂੰ ਮੈਨੂੰ ਆਪ ਨੂੰ ਪਹਿਲਾਂ ਸਮਝਣਾ ਪਿਆ ਠੀਕ ਹੈ ਫਿਰੋਦੀ ਸਟੱਡੀ ਹੋਈ ਪਰ ਅੱਜ ਜੇ ਮੈਂ ਦੇਖਾਂ ਤਾਂ ਮੈਨੂੰ ਅੱਜ 12 ਸਾਲ ਹੋ ਗਿਆ ਇਸ ਫੀਲਡ ਦੇ ਵਿੱਚ ਵੈਰੀ ਗੁੱਡ ਐਂਡ ਆਈ ਐਮ ਬlesਟ ਕਿ ਮੈਂ ਇਸ ਵਿੱਚ ਕੀਤਾ ਕਿ ਨਰਸਿੰਗ ਛੱਡ ਕੇ ਮੈਂ ਇਹ ਟ੍ਰੇਨਿੰਗ ਚੂਜ਼ ਕੀਤੀ ਨਰਸਿੰਗ ਇਜ਼ ਅ ਗੁੱਡ ਥਿੰਗ ਪਰ ਮੈਨੂੰ ਚੰਗਾ ਲੱਗਦਾ ਸੀ ਮੈਂ ਬਿਮਾਰਾਂ ਨੂੰ ਠੀਕ ਕਰ ਰਹੀ ਹਾਂ ਫਿਟਨੈਸ ਦੇ ਵਿੱਚ ਮੈਨੂੰ ਐ ਲੱਗਦਾ ਮੈਂ ਲੋਕਾਂ ਨੂੰ ਹੈਲਥ ਦਾ ਗਿਫਟ ਦੇ ਰਹੀ ਹਾਂ ਵੈਰੀ ਗੁੱਡ ਜੇ ਤੁਸੀਂ ਕਹੇ ਤੁਹਾਡੀ ਨਰਸਿੰਗ ਬੈਕਗਰਾਉਂਡ ਰਹੀ ਹੈ ਤੇ ਮੇਰੇ ਹਿਸਾਬ ਨਾਲ ਤੁਸੀਂ ਉੱਥੇ ਵੀ ਲੋਕਾਂ ਦੀ ਸਿਹਤ ਸੰਭਾਲ ਚ ਸੀਗੇ ਔਰ ਇੱਥੇ ਵੀ ਸਿਹਤ ਸੰਭਾਲ ਵੀ ਹੈਗੀ ਆ ਨਰਸਿੰਗ ਦੇ ਵਿੱਚ ਆਪਾਂ ਕਹਿੰਦੇ ਕਿ ਹੈਲਥ ਪ੍ਰੋਫੈਸ਼ਨ ਜਿਹੜੇ ਲੋਕ ਹੁੰਦੇ ਆ ਉਹ ਬੜੇ ਡੈਡੀਕੇਟ ਹੁੰਦੇ ਆ ਹੈਲਥ ਪ੍ਰੋਫੈਸ਼ਨ ਵਾਸਤੇ ਲਾਈਕ ਉਹਨਾਂ ਨੂੰ ਕੋਈ ਟਾਈਮ ਦਾ ਨਹੀਂ ਹੁੰਦਾ ਕਿ ਰਾਤ ਨੂੰ ਕੋਈ ਐਮਰਜੈਂਸੀ ਆ ਗਈ ਤੇ ਉਹਨਾਂ ਨੂੰ ਹਸਪੀਟਲ ਜਾਣਾ ਜਾਂ ਕਲੀਨਿਕਸ ਦੇ ਵਿੱਚ ਜਿੱਥੇ ਵੀ ਤੁਹਾਡੀ ਆਪਣੀ ਡਿਊਟੀਆਂ ਹੁੰਦੀਆਂ ਪਲੱਸ ਉਹਨਾਂ ਨੂੰ ਫਿਜ਼ੀਕਲੀ ਔਰ ਮੈਂਟਲੀ ਤੁਸੀਂ ਕੰਟਰੋਲ ਕਰਵਾਉਣਾ ਉਹਨਾਂ ਦੀ ਹੈਲਪ ਕਰਨੇ ਕਿ ਉਹ ਆਪਣੇ ਕਿਦਾਂ ਸਿਹਤ ਨੂੰ ਠੀਕ ਕਰਨ ਤੇ ਆਪਣਾ ਦਿਮਾਗ ਔਰ ਦਿਲੋਂ ਦਿਮਾਗ ਤੇ ਉਹਨਾਂ ਤੇ ਕੋਈ ਵੀ ਬਾਹਰ ਦੀ ਚੀਜ਼ ਜਿਹੜੀ ਹੈ 네ਗੈਟਿਵਿਟੀ ਨਾ ਆਏ ਸੋ ਦਟ ਉਹਨੂੰ ਪੋਜ਼ਿਟਿਵ ਕਰਨਾ ਆਈ ਥਿੰਕ ਇਸ ਸਟੂਡੀਓ ਦੇ ਵਿੱਚ ਇਸ ਫਿਟਨੈਸ ਸਟੂਡੀਓ ਚ ਤੁਸੀਂ ਇਹੀ ਕੰਮ ਕਰ ਰਹੇ ਹੋ ਐਗਜ਼ੈਕਟ ਮੈਂ ਕਹਾਂਗੀ ਕਿ ਮੈਨੂੰ ਨਾ ਰੱਬ ਨੇ ਲੋਕਾਂ ਦੀ ਸਿਹਤ ਦੀ ਸੇਵਾ ਲਈ ਆ ਦੈਟਸ ਹਾਉ ਆਈ ਥਿੰਕ ਆਫ ਇਟ ਕਿਉਂਕਿ ਜਦ ਮੈਂ ਨਰਸਿੰਗ ਵੀ ਕਰਦੀ ਤਾਂ ਵੀ ਉਹੀ ਸੀ ਜਦ ਮੈਂ ਟ੍ਰੇਨਿੰਗ ਵੀ ਕਰ ਰਹੀ ਹਾਂ ਤਾਂ ਵੀ ਉਹੀ ਕਰ ਰਹੀ ਹਾਂ ਪਰ ਮੈਨੂੰ ਅੰਦਰੋਂ ਸੈਟੀਸਫੈਕਸ਼ਨ ਮਿਲਦੀ ਹੈ ਜਦੋਂ ਕੋਈ ਬੰਦਾ ਆਉਂਦਾ ਉਹਦੀ ਬੈਕ ਦੁਖਦੀ ਆ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਕੋਈ ਡਿਪਰੈਸ਼ਨ ਚਾ ਕੋਈ ਐਂਜ਼ਾਈਟੀ ਚਾ ਜਦੋਂ ਉਹ ਬੰਦਾ ਤਿੰਨਾਂ ਮਹੀਨਿਆਂ ਬਾਅਦ ਉਹਦਾ ਕੌਨਫੀਡੈਂਸ ਵੱਧਦਾ ਹੈ ਉਹਦੀ ਐਨਰਜੀ ਬਦਲਦੀ ਆ ਉਹਦੀ ਲਾਈਫ ਬਦਲਦੀ ਆ ਮੈਨੂੰ ਇਹ ਲੱਗਦਾ ਮੈਂ ਕੁਝ ਕੀਤਾ ਮੈਂ ਮੈਂ ਕੁਝ ਚੇਂਜ ਇੱਕ ਕੈਨੇਡੀਓ ਕੁਝ ਆਪਣੇ ਅਬ ਸੈਲਫ ਸੈਟੀਸਫੈਕਸ਼ਨ ਵੀ ਹੁੰਦੀ ਹੈ ਮੈਨੂੰ ਉੱਥੋਂ ਸੈਲਫ ਸੈਟੀਸਫੈਕਸ਼ਨ ਮਿਲਦੀ ਹੈ ਕਿ ਕਿਉਂਕਿ ਇਹ ਚੀਜ਼ ਨਾ ਤੁਸੀਂ ਪੈਸੇ ਨਾਲ ਬਾਏ ਕਰ ਸਕਦੇ ਹੋ ਜੀ ਜੀ ਕਿਉਂਕਿ ਹੈਲਥ ਹੈ ਤੁਸੀਂ ਪੈਸੇ ਨਾਲ ਬਾਏ ਨਹੀਂ ਕਰ ਸਕਦੇ ਇੱਥੇ ਮਿਹਨਤ ਕਰਨੀ ਪੈਣੀ ਆ ਰਾਈਟ ਸੋ ਜਦੋਂ ਗਿਫਟ ਇੱਕ ਬੰਦੇ ਨੂੰ ਮਿਲਦਾ ਮੈਂ ਕਹੂੰਗੀ ਰੱਬ ਦੀ ਮਿਹਰਬਾਨੀ ਹੈ ਕਿ ਜੇ ਮੈਨੂੰ ਉਹਨੇ ਚੂਜ਼ ਕੀਤਾ ਇਸ ਚੀਜ਼ ਦਾ ਤਾਂ ਉਹ ਚੀਜ਼ ਮੇਰੇ ਲਈ ਬਹੁਤ ਸੈਟੀਸਫਾਈਂਗਾ ਬਹੁਤ ਜ਼ਿਆਦਾ ਔਮਨ ਰੌਕ ਸੈਂਟਰ ਨਾਮ ਔਮਨ ਰੌਕ ਸੈਂਟਰ ਹੀ ਕਿਉਂ ਰੱਖਿਆ ਗਿਆ ਇਹਦਾ ਕੀ ਰੀਜ਼ਨ ਕੀ ਸੀਗਾ ਇਹ ਜਦੋਂ ਨਾਮ ਆਇਆ ਸੀ ਅਸੀਂ ਸੋਚ ਰਹੇ ਸੀ ਕਿ ਕਿਹੜਾ ਨਾਮ ਰੱਖਿਆ ਜਾਵੇ ਤਾਂ ਮੈਂ ਉਸ ਟਾਈਮ ਤੇ ਸਿਰਫ ਔਮਨ ਨੂੰ ਟ੍ਰੇਨ ਕਰਦੀ ਹੁੰਦੀ ਸੀ ਨਾ ਤਾਂ ਮੈਂ ਇਹ ਸੋਚਦੀ ਆ ਕਿ ਔਮਨ ਹੈ ਜਿਹੜੀ ਉਹ ਬਹੁਤ ਪਾਵਰਫੁਲ ਆ ਓਕੇ ਤਾਂ ਮੈਂ ਚਾਹੁੰਨੀ ਆ ਜਿਹੜੀ ਔਮਨ ਡੋਰ ਚ ਐਂਟਰ ਹੋਵੇ ਨਾ ਉਹ ਰੌਕਿੰਗ ਫੀਲ ਕਰੇ ਕਿ ਮੈਂ ਨਾਰੀ ਸ਼ਕਤੀ ਨੂੰ ਪ੍ਰਮੋਟ ਕੀਤਾ ਦੱਸ ਯੈਸ ਇੰਪਾਵਰਮੈਂਟ ਐਂਡ ਇਟਸ ਨਾਟ ਕਿ ਆਈ ਡੋਨਟ ਸਪੋਰਟ men ਆਈ ਸਪੋਰਟ men ਟੂ ਬਟ ਆਈ ਫੀਲ ਕਿ ਔਮਨ ਕਿਤੇ ਨਾ ਕਿਤੇ ਥੋੜੀਆਂ ਜਾਂ ਦੱਬ ਜਾਂਦੀਆਂ ਸੋ ਜਿਉਂ ਆਵਾਜ਼ ਆਪਾਂ ਚੱਕ ਸਕੀਏ ਤਾਂ ਫਾਇਦਾ ਆਪਣੀਆਂ ਫੈਮਲੀਆਂ ਇਵ ਮੈਨੇਜਰ ਜਿਹੜੀ ਹੈਡ ਆਫ ਦਾ ਫੈਮਲੀ ਹੈ ਨਾ ਸੋਹਣੀ ਫਾਰੀ ਫੈਮਲੀ ਰਨ ਕਰਨੀ ਹੈ ਕਿਡਸ ਦੀ ਟੇਕਰ ਉਹਨੇ ਰੋਟੀ ਉਹਨੇ ਬਣਾਉਣੀ ਹੈ ਨਾ ਸੋ ਜੇ ਆਪਣੇ ਕੋਲੇਸਟੇਰੋਲ ਹਾਈ ਆ ਉਹ ਕਿਉਂ ਘੱਟ ਕਰ ਦੂਗੀ ਉਹਨੂੰ ਸਮਝ ਆਊਗੀ ਤਾਂ ਉਹ ਚੇਂਜਸ ਕਰੂਗੀ ਰਾਈਟ ਜਿੱਦਾਂ ਤੁਸੀਂ ਕਿਹਾ ਕਿ ਵੂਮਨ ਜਿੱਦਾਂ ਘਰ ਦੀ ਗ੍ਰਹਿਣੀ ਕਹਿੰਦੇ ਆ ਆਪਾਂ ਦੇ ਘਰ ਦਾ ਜਿਹੜਾ ਖਾਣਾ ਬਣਾਉਣਾ ਜਾਂ ਉਹਦਾ ਕਿੱਦਾਂ ਕੰਟਰੋਲ ਫੈਮਲੀ ਨੂੰ ਕਿੱਦਾਂ ਰੱਖਣਾ ਕੋਈ ਬਿਮਾਰ ਹੈ ਤੇ ਉਹਨੂੰ ਆਇਲ ਜ਼ਿਆਦਾ ਨਹੀਂ ਪਾਣਾ ਇਹ ਸਾਰੀ ਚੀਜ਼ਾਂ ਠੀਕ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਵੂਮਨ ਰੌਕ ਸੈਂਟਰ ਹੈ ਸ਼ਾਇਦ ਇਹ ਅਟਰੈਕਟ ਕਰਦਾ ਫੀਮੇਲਸ ਨੂੰ ਜਿਹ ਉਹਨਾਂ ਲੱਗਾ ਕਿ ਉੱਥੇ ਮੇਲਸ ਹੋਣਗੇ ਉਹ ਸ਼ਾਈ ਫੀਲ ਕਰਦੇ ਆਂ ਕਈ ਵਾਰੀ ਕੋਈ ਓਵਰ weight ਹੁੰਦਾ ਜਾਂ ਕਿਸੇ ਨੂੰ ਆਪਣੀ ਫਿਜ਼ੀਕਲ ਅਪੀਅਰੈਂਸ ਨਹੀਂ ਦੇ ਡੋਨਟ ਵਾਟ ਟੂ ਸ਼ੋਅ ਸ਼ਾਈ ਹੁੰਦੇ ਕਿ ਉੱਥੇ ਜਾ ਕੇ ਆਪੋ ਉਸ ਕਾਸਟਿਮ ਚ ਨਹੀਂ ਜਿਮ ਕਰਨਾ ਕਿਉਂਕਿ ਹੋਰ ਲੋਗਾਂ ਨੂੰ ਨਾ ਦੇਖਣ ਤੇ ਤੁਹਾਨੂੰ ਐਦਾਂ ਤੇ ਕਿਦਾਂ ਦੇ ਇੱਥੇ ਲੋਗ ਮਿਲੇ ਆ ਕੀ ਐਕਸਪੀਰੀਅੰਸ ਰਹਾ ਤੁਹਾਡਾ ਆਈ ਥਿੰਕ ਇ ਬਹੁਤ ਵਡਾ ਇੱਕ ਫੈਕਟਰ ਆ ਸਪੈਸ਼ਲੀ ਕਿਉਂਕਿ ਇਹ ਵੀ ਹੈ ਕਿ ਆਪਾਂ ਡਿਫਰੈਂਟ ਆਪਾਂ ਇੰਡੀਆ ਚ ਜਿਹੜੇ ਹੁਣ ਲੋਕ ਮੇਰੇ ਕੋਲ ਆਉਂਦੇ ਆ ਆਰਾਊਂਡ 35 40 ਦੀ ਆਪਾਂ ਏਜ ਦੇਖਦੇ ਆ ਨਾ ਚਾਹੇ men ਐ ਚਾਹੇ women ਆਪਣੇ ਕੋਲ ਇੰਡੀਆ ਚ ਮੋਲ ਇੰਨਾ ਨਹੀਂ ਸੀ ਸਪੈਸ਼ਲੀ women ਲਈ ਇੱਕ ਪਿੰਡ ਚੋਂ ਨਿਕਲ ਕੇ ਵੀ ਮੈਂ ਨਹੀਂ ਦੇਖਿਆ ਕੋਈ ਇੰਡੀਆ ਦੇ ਵਿੱਚ 35 40 ਇਅ ਸ ਲੈਵਲਸ ਵੱਧ ਗਏ ਹੁਣ ਲੋਡ ਆ ਬਾਡੀ ਨੂੰ ਹੁਣ ਇੱਕ ਬੰਦਾ ਜਦੋਂ ਘਰੋਂ ਨਿਕਲਦਾ ਹੈ ਇੱਕ ਲੀਡੀ ਘਰੋਂ ਨਿਕਲਦੀ ਹੈ ਉਹਨੂੰ ਉਹ এনवायरमेंट ਚਾਹੀਦਾ ਜਿੱਥੇ ਉਹ ਸੇਫ ਫੀਲ ਕਰੇ ਜਿੱਥੇ ਉਹ ਫੀਲ ਕਰੇ ਮੇਰੇ ਆਪਣੇ ਲੋਕ ਆ ਜਿੱਥੇ ਉਹ ਫੀਲ ਕਰੇ ਮੈਂ ਗੱਲ ਕਰ ਸਕਦੀ ਆ ਮੈਂ ਦੱਸ ਸਕਦੀ ਆ ਕਿ ਮੈਨੂੰ ਕੀ ਪ੍ਰੋਬਲਮ ਆ ਰਹੀ ਆ கரੈਕਟ ਹੈਨਾ ਸੋ ਆਈ ਫੀਲ اے ਪਲੇਸ ਉਹਨਾਂ ਲੋਕਾਂ ਲਈ ਬਹੁਤ ਵਧੀਆ ਤੇ ਜੋ ਮੇਰਾ ਐਕਸਪੀਰੀਅੰਸ ਆ ਇਟਸ ਫਨ ਲੋਕ ਕੀ ਆਉਂਦੇ ਆ ਪਹਿਲੇ ਦਿਨ ਜਦੋਂ ਆਉਂਦੇ ਆ ਦੇ ਆਰ ਸੋ ਸ਼ਾਈ ਸੋ 언ਕੰਫਰਟੇਬਲ ਇੱਕ ਮਹੀਨੇ ਬਾਅਦ ਆਈ ਸੀ ਅ ਡਿਫਰੈਂਟ ਪਰਸਨ ਫਿਰ ਇੱਕ ਮਹੀਨਾ ਹੋਰ ਪੈਂਦਾ ਉਹੀ ਬੰਦਾ ਨਵੇਂ ਬੰਦੇ ਨੂੰ ਸਲਾਹ ਦੇ ਰਿਹਾ ਹੁੰਦਾ ਨਹੀਂ 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 ਤੂੰ ਫਿਟਨੈਸ ਕਰਨੀ ਹੈ ਇਹਨੇ ਤੇਰੀ ਲਾਈਫ ਬਦਲ ਦੇ ਐਂਡ ਆਈ ਫੀਲ ਸੋ ਹੈਪੀ ਬਿਕੋਜ਼ ਨਾਉ ਇੱਕ ਹੋਰ ਬੰਦਾ ਕ੍ਰੀਏਟ ਹੋ ਗਿਆ ਜਿਹੜਾ ਕਿ ਲੋਕਾਂ ਦੀ ਲਾਈਫ ਬਦਲਦਾ ਇਨਸਪੀਰੇਸ਼ਨ ਬਣ ਜਾਂਦੇ ਦੂਜੇ ਵਾਸਤੇ ਯੈਸ ਕਿਉਂਕਿ ਇੱਕ ਕੱਲਾ ਬੰਦਾ ਕਿੰਨਾ ਕਰ ਲੂਗਾ ਕਰੈਕਟ ਰਾਈਟ ਜਿਹੜਾ ਤੁਹਾਡੇ ਨਾਲ 10 ਜਾਣੇ ਹੋ ਜਾਂਦੇ ਟੀਮਵਰਕ ਹੋ ਜਾਂਦਾ ਕਿ ਤੁਹਾਡੇ ਆਪਣੇ ਇੱਥੇ ਆਉਂਦੇ ਆ ਸ਼ਾਇਦ ਉਹ ਇੱਕ ਔਰ ਦੂਜਿਆਂ ਨੂੰ ਵੀ ਐਡਵਾਈਸ ਕਰਦੇ ਆ ਜਿਹੜਾ ਪਹਿਲੇ ਦੂਜੇ ਦੇ ਨਾਲ ਅੰਦਰ ਜਿੱਦਾਂ ਦੇ ਦੱਸਿਆ ਤੇ ਚੀਜ਼ਾਂ ਖਤਮ ਹੋ ਜਾਂਦੀ ਹੈ ਬੇਸਿਕਲੀ ਯੈਸ ਐਂਡ ਹੁਣ ਸੇਮ ਗੋਲਸ ਸੇਮ ਫਰੈਂਡ ਸਰਕਲ ਸੇਮ ਪ੍ਰੋਬਲਮਸ ਸੋ ਅੰਡਰਸਟੈਂਡਿੰਗ ਈਜ਼ੀ ਹੋਗੀ ਕਿਤੇ ਆਪਾਂ ਰੈਸਟੋਰੈਂਟ 'ਚ ਬੈਠੇ ਆ ਉਹ ਤੋਂ ਸਮੋਸੇ ਨਹੀਂ ਖਾ ਰਹੀ ਕਿਤੇ ਨਾਲ ਵਾਲਾ ਕਹਿ ਰਿਹਾ ਨਹੀਂ ਇਹ ਨਹੀਂ ਖਾਣਾ ਆਪਾਂ ਸੈਲਡ ਆਰਡਰ ਕਰਦੇ ਆ ਉਸ ਵਿੱਚ ਹੋ ਗਿਆ ਨਾ এনवायरमेंट ਵੀ ਸਵਿਚ ਹੋ ਗਿਆ ਸਰਕਲ ਵੀ ਸਵਿਚ ਹੋ ਗਿਆ ਥਿੰਕਿੰਗ ਵੀ ਸਵਿਚ ਹੋ ਗਈ એનર્ਜੀ ਬਦਲ ਗਈ ਹਮ ਹਮ ਸੋ ਡਿਫਰੈਂਟ ਪਰਸਨ ਇੱਕ ਡਿਫਰੈਂਟ ਪਰਸਨ ਤੇ ਆਪਾਂ ਗੱਲ ਕਰਦੇ ਹਾਂ ਕਿ ਹਾਂਜੀ ਇੱਕ ਡਿਫਰੈਂਟ ਪਰਸਨ ਐਦਾਂ ਹੁੰਦਾ ਕਿ ਤੁਸੀਂ ਤੁਹਾਡੇ ਕੋਲ ਬੰਦਾ ਆਉਂਦਾ ਕਹਿੰਦਾ ਜੀ ਮੇਰੇ ਕੋਲ ਮੇਰੇ ਜੀ ਟਮੀ ਬਾਹਰ ਹੈ ਨੋਰਮਲ ਪ੍ਰੋਬਲਮ ਹੈ ਕਿ ਮੇਰਾ ਟਮੀ ਬਾਹਰ ਆ ਜੀ ਜਾਂ ਮੇਰੇ ਬਾਹਰ ਤੋਂ ਕਮਰ ਬਾਹਰ ਨਿਕਲੀ ਹੋਈ ਹੈ ਸੋ ਉਹਨੂੰ ਮੈਂ ਸ਼ੇਪ ਅਪ ਕਰਨਾ ਹੈ ਹਾਂਜੀ ਉਹਦੇ ਲਈ ਤੁਸੀਂ ਕੀ ਕੋਈ ਪ੍ਰੋਗਰਾਮਿੰਗਸ ਰੱਖੇ ਹੋਏ ਆ ਲਾਈਕ ਮੈਂ ਪੜ੍ਹ ਰਿਹਾ ਸੀਗਾ 6 ਵੀਕਸ 12 ਵੀਕਸ ਚੈਲੰਜ ਵਾਟ ਇਜ਼ ਚੈਲੰਜ ਚੈਲੰਜ ਦਾ ਮਤਲਬ ਇਹ ਆ ਆਈ ਫੀਲ ਮੈਂ ਮਾਈਂਡ ਤੇ ਬਹੁਤ ਵਰਕ ਕਰਦੀ ਆ ਸਪੈਸ਼ਲੀ ਜੋ ਮੇਰੇ ਕਲਾਇੰਟਸ ਹੁੰਦੇ ਆ ਮੈਂ ਦੇਖਦੀ ਆ ਕਿ ਉਹਨਾਂ ਨੂੰ ਕਿਹੜੀ ਚੀਜ਼ ਮੋਟੀਵੇਟ ਕਰਦੀ ਆ ਕਿਹੜੀ ਚੀਜ਼ ਆਪਾਂ ਕਰ ਸਕਦੇ ਜਿਸ ਨਾਲ ਉਹ ਲੌਂਗ ਰਨ ਫਿਟਨੈਸ ਨਾਲ ਜੁੜ ਸਕਣ ਕਿ ਬਲਾਕੇਜਸ ਕੀ ਆ ਸੋ ਜੋ ਮੈਂ ਫਿਗਰ ਆਊਟ ਕੀਤਾ ਇੱਕ ਬਲਾਕੇਜ ਹੀ ਹੈਗਾ ਜਦੋਂ ਆਪਾਂ ਮਾਈਂਡ ਨੂੰ ਇਹ ਕਹਿ ਦਿੰਨੇ ਮੈਂ 6 ਮਹੀਨੇ ਫਿਟਨੈਸ ਕਰਨੀ ਆ ਮੈਂ ਸਾਲ ਫਿਟਨੈਸ ਕਰਨਾ ਉਹ ਬਹੁਤ ਵੱਡਾ ਲੱਗਦਾ ਕਿ ਮੈਂ ਸਾਲ ਡਾਈਟ ਫੋਲੋ ਕਰਨੀ ਆ ਮੈਂ ਸਾਲ ਰੋਟੀ ਨਹੀਂ ਖਾ ਸਕਦੀ ਜੋ ਕਿ ਇੱਕ ਮਿਥ ਹੈ ਤੁਸੀਂ ਰੋਟੀ ਚਾਵਲ ਦਾਲ ਸਾਰਾ ਕੁਝ ਖਾ ਕੇ weight lose ਕਰਦੇ ਹੋ ਰਾਈ ਦਾ ਮਾਈਂਡ ਲਈ ਤਾਂ ਨੋਰਮਲੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਾਂ ਗਿਵ ਅਪ ਕਰ ਦਿੰਨੇ ਹਾਂ ਸੋ ਇਟਸ ਲਾਈਕ ਅ ਇਨਸਟਾਲਮੈਂਟ ਤੁਸੀਂ ਮੌਰਗੇਜ ਕਰਤੀ ਇਹਨਾਂ ਦੀ ਵੀ ਕਿ ਤੁਸੀਂ ਇਨਸਟਾਲਮੈਂਟ ਦੇ ਵਿੱਚ ਆਪਣੀ ਸਿਹਤ ਸਲੋਲੀ ਐਂਡ ਗ੍ਰੈਜੂਲੀ ਠੀਕ ਕਰ ਸਕੋ ਹੁਣ 6 ਵੀਕ ਡੇਢ ਮਹੀਨਾ ਬੰਦੇ ਤੇ ਕੋਈ ਪ੍ਰੈਸ਼ਰ ਨਹੀਂ ਕੋਈ ਕੰਟਰੈਕਟ ਦਾ ਪ੍ਰੈਸ਼ਰ ਨਹੀਂ ਕੋਈ ਨਾ 6 ਵੀਕ ਹੀ ਐ ਐਕਸਪੈਰੀਮੈਂਟ ਹੀ ਕਰ ਲੋ ਹੂੰ ਹੂੰ ਜਸਟ ਫॉर ਯੂਰਸੈਲਫ ਐਜ਼ ਅ ਸਾਇੰਟਿਸਟ ਇਨ ਯੂਰ ਲਾਈਫ ਕਿ ਮੈਂ ਟ੍ਰਾਈ ਕਰਕੇ ਦੇਖਣਾ ਕੀ ਬੰਦਾ ਜਦੋਂ 6 ਵੀਕਾਂ ਲਾਨਨੇ ਹੋ ਤੁਹਾਡਾ weight ਘਟਦਾ 6 ਵੀਕਾਂ ਤੁਹਾਡਾ 10 ਤੋਂ 15 ਪਾਉਂਡ ਹੈ ਜਿਹੜਾ weight इजीली ਘਟ ਜਾਂਦਾ ਕਈਆਂ ਦਾ 20 ਤੱਕ ਵੀ ਚਲ ਜਾਂਦਾ ਡਿਪੈਂਡਿੰਗ ਔਨ ਹਾਊ ਯੂ ਆਰ ਵਰਕਿੰਗ ਆਊਟ ਰਾਈਟ ਸੋ ਜਦੋਂ ਤੁਹਾਡਾ ਘਟਦਾ ਹੁਣ ਕੌਨਫੀਡੈਂਸ ਵੱਧ ਗਿਆ ਬੰਦਾ ਕਹਿੰਦਾ ਮੈਂ ਫਿਟਨੈਸ ਨਾਲ ਜੁੜ ਗਿਆ ਬੰਦਾ ਕਹਿੰਦਾ ਕਿ ਮੈਂ ਹੁਣ ਇਹ ਐਵਰੀਡੇ ਕਰਨਾ ਹੀ ਕਰਨਾ ਹੁਣ ਮੈਨੂੰ ਉੱਥੇ ਆ ਕੇ ਇਹ ਨਹੀਂ ਕਹਿੰਦਾ ਕਿ ਕਹਿਣਾ ਪੈਂਦਾ ਕਿ ਹੁਣ ਤੂੰ ਸਾਲ ਲਈ ਫਿਟਨੈਸ ਕਰਨੀ ਹੈ ਜਾਂ ਤੂੰ ਆਹ ਉਹ ਆਪੇ ਪਰਸਨ ਇਸ ਕੀ ਇਹਨੇ ਮੇਰੀ ਲਾਈਫ ਬਦਲਤੀ ਇਸ ਫਿਟਨੈਸ ਨੇ ਮੈਂ ਇਹਨੂੰ ਕੰਟੀਨਿਊ ਕਰਨਾ ਕੰਟੀਨਿਊ ਤਾਂ ਮੈਂ ਇੱਕ ਗੱਲ ਤੁਹਾਡੀ ਮੈਂ ਕਹਿੰਦਾ ਵੀ ਆਪਾਂ ਜੇ ਗੱਲ ਹੈ ਕਿ ਕੋਈ ਬੰਦਾ ਕਹਿੰਦਾ ਮੈਂ 6 ਵੀਕ ਚੱਲ ਲੇਤਾ ਹਾਂ 12 ਵੀਕਸ ਲੇਤਾ ਉਹਨੇ 20 ਪਾਉਂਡ ਦਾ ਇੱਕ ਟਾਰਗੇਟ ਰੱਖਿਆ ਉਹ 22 ਪਾਉਂਡ ਰਿਡਿਊਸ ਕਰ ਗਿਆ ਉਹ ਇਕਦਮ ਜਿਮ ਛੱਡ ਕੇ ਚਲਾ ਜਾਂਦਾ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਡਾਈਟ ਜੇ ਪਲਾਨ ਨਹੀਂ ਕਰ ਪਾਂਦਾਆਂ ਚੀਜ਼ਾਂ ਨਹੀਂ ਹੁੰਦੀਆਂ ਅਗੇ ਨੂੰ ਮੇਰੇ ਖਿਆਲ ਉਹਦਾ ਡਬਲ ਅਸਰ ਪੈਂਦਾ ਹੈ ਕਿ ਕੀ ਫਰਕ ਹੁੰਦਾ ਐਕਚੁਅਲੀ ਦੇਖੋ ਜੇ ਮੈਂ ਦੇਖਾਂ ਕਿ ਕੋਈ ਪਰਸਨ ਉਹਨੇ 30 ਸਾਲ 35 ਸਾਲ ਆਪਦੀ ਲਾਈਫ ਚ ਵਰਕਆਊਟ ਨਹੀਂ ਕੀਤਾ ਠੀਕ ਹੈ ਆਪਾਂ ਈਟਿੰਗ ਨੂੰ ਲੈ ਕੇ ਕੋਈ ਆਪਦੀਆਂ ਹੈਬਿਟਸ ਆਦਤਾਂ ਚੇਂਜ ਨਹੀਂ ਕੀਤੀਆਂ ਹੁਣ ਆਪਾਂ ਸਿਰਫ 6 ਵੀਕਸ ਕਰ ਰਹੇ ਹਾਂ ਉਹ ਬਾਡੀ ਤੇ ਕਿੰਨਾ ਕ ਅਸਰ ਛੱਡੂਗੀ ਐਸ ਕੰਪੇਅਰ ਟੂ 35 ইয়ারਸ ওকে ਹੈਨਾ ਸੋ ਮਾਈਂਡ ਸਵਿਚ ਆ ਇਸ ਚੀਜ਼ ਨੂੰ ਟਾਈਮ ਲੱਗਣਾ ਕੰਟੀਨਿਊਸ਼ਨ ਚਾਹੀਦੀ ਹੈ ਕੰਟੀਨਿਊ ਇਟਸ ਲਾਈਕ ఎవਰੀਥਿੰਗ ਤੁਸੀਂ ਘਰੇ ਸਫਾਈ ਕਰਦੇ ਹੋ ਐਦਾਂ ਹੁੰਦਾ ਕਿ ਇੱਕ ਦਿਨ ਕਰਤੀ ਅਗਲੇ ਦਿਨ ਕਰਨੀ ਨਹੀਂ ਡਿਸ਼ੇਸ ਕਰਦੇ ਹੋ ਤੁਸੀਂ ਨਹਾਉਣੇ ਹੋ ਐਦਾਂ ਹੁੰਦਾ ਮੈਂ ਇੱਕ ਦਿਨ ਨਾਲਿਆ ਹੁਣ ਮਨਾਵਾ ਨਾ ਮਹੀਨਾ ਨੋ ਇਟਸ ਲਾਈਕ ਬਾਡੀ ਤੇ ਮਿਹਨਤ ਕਰਨੀ ਪੈਂਦੀ ਆ ਰਾਈਟ ਸੋ ਸੇਮ ਵੇਹਾ ਐਦਾਂ ਕਿ ਇੱਕ ਵਾਰ ਤੁਸੀਂ ਆਪਦਾ ਗੋ ਪਰ ਉਨੀ ਦੇਰ ਤੱਕ ਤੁਸੀਂ ਇੰਜੋਏ ਇੰਨਾ ਕਰਨ ਲੱਗੇ ਜਾਣਾ ਕਿ ਤੁਸੀਂ ਆਪ ਹੀ ਜ਼ੋਰ ਵੱਧ ਲਾਉਣਾ ਠੀਕ ਹੈ ਰਾਈਟ ਇਹਦੇ ਵਿੱਚ ਬੜੀ ਜ਼ਰੂਰੀ ਚੀਜ਼ ਇੱਕ ਹੁੰਦੀ ਹੈ ਫਿਟਨੈਸ ਤੇ ਡਾਈਟ ਹੂੰ ਤੇ ਡਾਈਟ ਤੇ ਪ੍ਰੋਟੀਨ ਕਿੰਨੀ ਹੋਣੀ ਚਾਹੀਦੀ ਹੈ ਜਾਂ ਨਿਊਟ੍ਰੀਸ਼ਨਸ ਕਿੰਨੇ ਹੋਣੇ ਚਾਹੀਦੇ ਉਹਨੂੰ ਤੁਸੀਂ ਏਵੈਲੂਏਟ ਕਿੱਦਾਂ ਕਰਦੇ ਹੋ ਇਹ ਕਲਾਈਂਟ ਟੂ ਕਲਾਈਂਟ ਹੁੰਦਾ ਹੈ ਕਿ ਸਾਰਿਆਂ ਦਾ ਕਾਮਨ ਹੁੰਦਾ ਜਿਹੜਾ ਪ੍ਰੋਟੀਨ ਦਾ ਅਮਾਊਂਟ ਹੁੰਦਾ ਉਹ ਬੇਸਿਕਲੀ ਮੈਂ ਬਾਡੀ ਦੇ weight ਤੇ ਪਿਕ ਕਰਦੀ ਆ ਠੀਕ ਹੈ ਸੋ देयर ਇਜ਼ ਲੋਟ ਆਫ ਮਿਥ ਬਹੁਤ ਇੱਕ ਗਲਤ ਆਈਡੀਆ ਬਾਹਰ ਕਿ ਜੇ ਮੈਂ ਪ੍ਰੋਟੀਨ ਪਾਊਡਰ ਲਿੱਤਾ ਮੇਰਾ ਲਿਵਰ ਡੈਮੇਜ ਹੋ ਜਾ ਤੁਹਾਡੀ ਦਾਲ ਚ ਵੀ ਪ੍ਰੋਟੀਨ ਆ ਤੁਹਾਡੇ ਚਿਕਨ ਚ ਵੀ ਪ੍ਰੋਟੀਨ ਆ ਪ੍ਰੋਟੀਨ ਆਪਾਂ ਐਵਰੀ ਡੇ ਖਾਣੇ ਆ ਬਟ ਮੈਂ ਤੁਹਾਨੂੰ ਮੈਂ ਕਿਸੇ ਡਾਕਟਰ ਨਾਲ ਵੀ ਗੱਲ ਕਰ ਸੀ ਨਿਊਟ੍ਰੀਸ਼ਨ ਨਾਲ ਮੇਰੀ ਗੱਲ ਸੀ ਨੇਫਰੋਨ ਨਾਲ ਗੱਲ ਹੋਈ ਉਹ ਕਹਿੰਦੇ ਜਿਹੜੇ ਪ੍ਰੋਟੀਨ ਐਕਸੈਸ ਲੈਂਦੇ ਆ ਜਿਹੜੇ ਬਾਡੀ weight ਜਾਂ ਮਸਲਸ ਬਣਾਉਣ ਲਈ ਬਹੁਤ ਪ੍ਰੋਟੀਨ ਪਿੰਦੇ ਆ ਉਹਨਾਂ ਦਾ ਕਰੀਟਿਨਿਨ ਵੱਧ ਜਾਂਦੇ ਆ ਉਹਨਾਂ ਦਾ ਰੀਨਲ ਫੇਲਿਅਰ ਜਾਂ ਲਿਵਰ ਦੇ ਇਸ਼ੂ ਹੋ ਜਾਂਦੇ ਆ ਇਵਨ ਹਾਰਟ ਅਟੈਕ ਤੱਕ ਨਾ ਬਤਾਈ ਤੋ ਵਾਟ ਯੂ ਥਿੰਕ ਔਨ ਦਿਸ ਜਿਹੜਾ ਆਪਾਂ ਇਹ ਨਾ ਬਾਡੀ ਬਿਲਡਿੰਗ ਆ ਜਿਹੜਾ ਇੱਕ ਬਹੁਤ ਡਿਫਰੈਂਟ ਵਰਲਡ ਆ ਉਹਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਨਾਰਮਲ ਬੰਦਾ ਨਹੀਂ ਕਰਦਾ ਸੋ ਜੇ ਹੁਣ ਇੱਕ ਬੋਡੀ ਬਿਲਡਰ ਦਾ weight 230 pound ਹੈ ਜਾਂ ਕੁਝ ਵੀ ਹੈ ਉਹਨੇ ਉਹਦੇ ਹਿਸਾਬ ਨਾਲ ਉਹਦਾ 1 and 1/2 ਕਰਕੇ ਪ੍ਰੋਟੀਨ ਲੈਣਾ which is a lot ਹਣਾ ਹੁਣ ਇੱਕ ਲੇਡੀ ਆ ਜਿਹੜੀ ਘਰੇ ਆ ਆਪਣੇ ਬੱਚੇ ਸੰਭਰੀਆ ਉਹਨੂੰ ਇੰਨਾ ਪ੍ਰੋਟੀਨ ਦੇ ਕੇ ਤਾਂ ਕੋਈ ਸੈਂਸ ਹੀ ਨਹੀਂ ਬਣਦੀ right so we have to keep it ਕਿ ਜਿਹੜੀ ਬੋਡੀ ਆ ਕਿੰਨਾ ਤੁਹਾਡਾ ਵਰਕ ਆ ਤੁਸੀਂ ਫਿਜ਼ੀਕਲੀ ਐਕਟੀਵਿਟੀ ਕਰਦੇ ਹੋ ਜਾਂ ਤੁਹਾਡੀ ਸਿਟਿੰਗ ਜੌਬ ਆ ਤੁਹਾਡੀ ਕੋਈ ਇੰਜਰੀਜ਼ ਆ ਤੁਹਾਡਾ ਕੋਈ ਮੈਡੀਕਲ ਇਸ਼ੂ ਆ ਉਹ ਸਾਰੇ ਬੇਸ ਤੇ ਆਪਾਂ ਕੈਲਕੂਲੇਟ ਕਰਦੇ ਆਂ ਠੀਕ ਹੈ ਏਜ ਵੀ ਫੈਕਟਰ ਮੈਟਰ ਕਰਦਾ ਰਾਈਟ ਸੋ ਉਹਦੇ ਬੇਸ ਤੇ ਮੀਲ ਪਲਾਨ ਡਿਸਾਈਡ ਕਰਦੇ ਆ ਕਿ ਇਹਨੂੰ ਇਨਾ ਪ੍ਰੋਟੀਨ ਚਾਹੀਦਾ ਤੇ ਉਹਨੂੰ ਹੋਣਾ ਚਾਹੀਦਾ ਸੁਪੋਜ਼ ਕੋਈ ਨਵਾਂ ਬੰਦਾ ਧੜਕੋ ਜੁਆਇਨ ਕਰਦਾ ਪਹਿਲੇ ਮੈਂ ਦੇਖ ਰਿਹਾ ਸਾਡੇ ਕੋਲ ਹੁਣੇ ਦੋ ਤਿੰਨ ਨਵੇਂ ਜੁਆਇਨਿੰਗਸ ਹੋਈਆਂ ਆ ਉਹ ਬੜਾ ਸਲੋਲੀ ਦੱਸਦੇ ਸੀ ਮੇਰਾ weight ਕਿੰਨਾ ਮੇਰੀ ਕਿੰਨਾ ਤੇ ਜਦੋਂ ਤੁਸੀਂ ਕਹਿੰਦੇ ਕਿ ਬਾਡੀ ਦੇ ਵਿੱਚ ਕਿੰਨੀ ਤੁਹਾਡੇ ਚਰਬੀ ਕਿੰਨੀ ਆ ਠੀਕ ਹੈ ਬਾਡੀ ਫੈਟ ਆਪਾਂ ਤੇ ਕਿਹੜਾ ਓਮ ਕਿੰਨੇ ਪਰਸੈਂਟ ਤੁਸੀਂ ਉਹਦੇ ਕੀ ਵੈਲਿਊਏਸ਼ਨ ਵੀ ਤੁਸੀਂ ਪਹਿਲੇ ਇੱਥੇ ਕਰਦੇ ਹੋ ਉਹਦੇ ਬਾਰੇ ਕਿ ਫੈਟ ਪਰਸੈਂਟੇਜ ਕਿੰਨਾ ਤੁਹਾਡੀ ਬਾਡੀ ਦਾ ਕਿੰਨਾ ਤੁਸੀਂ ਘਟਾਣਾ ਹੁਣ ਮੈਂ ਕਹਾਂ ਜੀ ਮੈਂ 40 ਪੁਆਇੰਟ ਘਟਾਣਾ ਤੇ ਫੈਟ ਪਰਸੈਂਟੇਜ ਉਹਨਾ ਹੋਏਗਾ ਹਾਂਜੀ ਉਹਦੇ ਲਈ ਕਿਦਾਂ ਏਵੈਲੂਏਸ਼ਨ ਬੈਟਸ ਐਕਚੁਅਲੀ ਰੀਲੀ ਗੁੱਡ ਕੁਐਸਚਨ ਜਦੋਂ ਆਪਾਂ weight ਦੇਖਦੇ ਆ ਨਾ weight ਮਤਲਬ ਕੈਲਰੀ ਇਨ ਕੈਲਰੀ ਆਊਟ ਲੈਟਸ ਸੇ ਮੈਂ 2000 ਕੈਲਰੀ ਨਾਰਮਲੀ ਲੈ ਰਹੀ ਆ 500 ਕੈਲਰੀਆਂ ਘਟਾ ਦਿਆਂ ਮੈਂ 1 ਪਾਉਂਡ ਇੱਕ ਵੀਕ ਦਾ ਲੂਜ਼ ਕਰ ਲਵਾਂਗੀ ਬਟ ਜਿੱਦਾਂ ਹੀ ਮੈਂ ਇੱਕ ਐਕਸਟਰਾ 버ਗਰ ਖਾਦਾਂ ਸਾਰਾ ਬੈਕ ਆ ਜਾਣਾ ਬਿਕਾਜ਼ ਇਟਸ ਕੈਲਰੀ ਇਨ ਕੈਲਰੀ ਆਊਟ ਕਿਉਂਕਿ ਮੈਂ ਉਹਦੀ ਫੈਟ ਤੇ ਵਰਕ ਨਹੀਂ ਕੀਤਾ ਹਨਾ ਜਿਹੜੀ ਬੋਡੀ ਫੈਰ ਪਰਸੈਂਟੇਜ ਹੁੰਦੀ ਆ ਉਹਦਾ ਮਤਲਬ ਇਹ ਹੁੰਦਾ ਕਿ ਮੇਰੀ ਬੋਡੀ ਚ ਫੈਟ ਕਿੰਨੀ ਆ ओके सही सो ਆਪਾਂ ਇੱਕ ਮਸ਼ੀਨ ਨਾਲ ਕੈਲਕੂਲੇਟ ਕਰਦੇ ਆ ਤੁਹਾਡਾ weight ਐਂਟਰ ਕਰਕੇ age ਐਂਟਰ ਕਰਕੇ ਉਸ ਤੋਂ ਬਾਅਦ ਆਪਾਂ fat ਨੂੰ get rid ਕਰਨ ਤੇ ਵਰਕ ਕਰਦੇ ਆ by lifting weights ਠੀਕ ਹੈ ਜੇ ਉਹਨਾਂ ਮੈਂ ਬਾਡੀ ਦੀ ਸ਼ੇਪ ਚੇਂਜ ਕਰਨੀ ਆ ਮੈਨੂੰ ਇੱਕ ਮਸਲ ਨੂੰ ਵਾਰ-ਵਾਰ ਹਿੱਟ ਕਰਨਾ ਪੈਣਾ ਉਹਦੀ ਸ਼ੇਪ ਚੇਂਜ ਕਰਨ ਲਈ ਠੀਕ ਹੈ ਉਹਦਾ weight ਨਾ ਕੋਈ ਲੈਣਾ ਦੇਣਾ ਨਹੀਂ ਮਤਲਬ ਸਪੈਸ਼ਲ ਪ੍ਰੋਨਿੰਗ ਐਕਸਰਸਾਈਜ਼ ਵੀ ਡਿਫਰੈਂਟ ਹੋਣ ਗਿਆ ਬਾਡੀ ਜੇ ਮੈਂ ਕਹਾਂ ਜੀ ਮੈਂ ਟਮੀ ਦੇ ਕਰਨੀ ਆ ਤਾਂ ਕਾਰਡੀਓ ਕਰਨਾ ਜਾਂ ਮੈਂ ਜੇ ਮੈਂ ਕਹਾਂ ਮਸਲ ਬਣਾਉਣੇ ਹੋ ਡਿਫਰੈਂਟ ਹੈ ਜੇ ਲੈਗਸ ਤੇ ਕੰਮ ਕਰਨਾ ਹੋ ਡਿਫਰੈਂਟ ਹੈ ਪਰ ਆਪਾਂ ਫਿਟਨੈਸ ਦੇ ਵਿੱਚ ਇੱਕ ਪਾਰਟ ਰਿਡਕਸ਼ਨ ਨਹੀਂ ਕਰ ਸਕਦੇ ਸੋ ਜੇ ਮੈਂ ਕਹਾਂ ਕਿ ਮੈਂ ਕੱਲੀ ਟਮੀ ਘਟਾਉਣੀ ਆ ਤਾਂ ਮੈਂ ਕੱਲਾ ਟਮੀ ਦਾ ਹੀ ਜ਼ੋਰ ਲਾਈ ਜਾਵਾਂ ਨੋ ਉਹ ਨਹੀਂ ਹੁੰਦਾ ਕਿਉਂਕਿ ਬਾਡੀ ਨੇ ਬਰੂਸ ਕਰਨਾ ਯੈਸ ਲਾਈਕ ਫੈਟ ਹੈਜ਼ ਨੋ ਬ੍ਰੇਨ ਉਹਨੇ ਇਹ ਨਹੀਂ ਸੋਚਣਾ ਵੀ ਮੈਂ ਇੱਥੋਂ ਜਾਵਾਂ ਤੇ ਇੱਥੋਂ ਨਾ ਜਾਵਾਂ ਇੱਥੋਂ ਘਟਾ ਕੇ ਪਤਾ ਲੱਗੇ ਕਿਸੇ ਹੋਰ ਨੂੰ ਦਾ ਲਿਆ ਉਹਨੇ ਓਵਰਆਲ ਜਾਣਾ ਸੋ ਜਦੋਂ ਆਪਾਂ weight loss ਕਰਦੇ ਹਾਂ ਇਟਸ ਓਵਰਆਲ ਨੋ ਸਪੌਟ ਰਿਡਕਸ਼ਨ ਪੂਰੀ ਬਾਡੀ ਦੀ ਤੁਸੀਂ ਬੇਸਿਕਲੀ ਪ੍ਰੂਨਿੰਗ ਕਰਦੇ ਹੋ ਕਿ ਕਿੱਥੋਂ weight ਨੇ ਕਿੱਥੋਂ ਨਿਕਲ ਜਾਣਾ ਚਾਹੀਦਾ ਹਾਂਜੀ ਸੋ ਬੈਕ ਟੂ ਦ ਸੇਮ ਕੁਐਸਚਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਸੀ ਪ੍ਰੋਗਰਾਮਿੰਗ ਆਪਾਂ ਕਿਵੇਂ ਕਰਦੇ ਹਾਂ ਹੁਣ ਕੋਈ ਕਹਿੰਦਾ ਕਿ ਮੇਰੀ ਟਮੀ ਬਹੁਤ ਵੱਡੀ ਹੈ ਮੈਂ ਟਮੀ ਘਟਾਉਣੀ ਹੈ ਤੇ ਲੈਗ ਦਾ ਸਾਈਜ਼ ਵਧਾਉਣਾ ਠੀਕ ਹੈ ਪਹਿਲਾਂ ਮੈਂ ਉਹਦੀ ਟਮੀ ਘਟਾਉਂਗੀ ਕਿਉਂਕਿ ਬਿਲਡਿੰਗ ਤੇ ਲੂਜ਼ਿੰਗ ਸੇਮ ਟਾਈਮ ਨਹੀਂ ਕੀਤੀ ਜਾ ਸਕਦੀ ਸੋ ਪਹਿਲਾਂ ਉਹਦੀ ਟਮੀ ਘਟਾਉਂਗੀ ਲੀਨ ਕਰਾਉਂਗੀ ਫਿਰ ਉਸ ਤੋਂ ਬਾਅਦ ਥੋੜਾ ਬਿਲਡ ਕਰਾਉਂਗੀ ਇੱਕ ਨਵੀਂ ਚੀਜ਼ ਵੈਸੇ ਮੈਨੂੰ ਪਹਿਲੀ ਵਾਰੀ ਸੁਣਾ ਚਾਈ ਹੈ ਕਿਉਂਕਿ ਆਪਾਂ ਜਿੰਮਾਂ 'ਚ ਬੜੇ ਇੰਟਰਵਿਊਜ਼ ਜਿੰਮ 'ਚ ਹੋਰ ਵੀ ਦੇਖੇ ਅਸੀਂ ਉਹ ਤਾਂ ਕਹਿੰਦੇ ਤੁਹਾਡਾ ਕਾਰਡੀਓਕੈਰਲੋਜੀ ਤੁਸੀਂ ਸੋ ਪੀਪਲ ਇੱਕ ਵਾਰੀ ਆਉਂਦੇ ਟ੍ਰੇਨਰ ਉਹਨਾਂ ਦੱਸ ਕੇ ਚੱਲ ਜਾਂਦੇ ਵੀ ਆਹ 10 ਐਕਸਰਸਾਈਜ਼ ਤੁਹਾਡੀਆਂ ਤੇ ਕਰੀ ਜੋ ਉਹ ਸ਼ਾਇਦ ਉਹ ਗਲਤ ਵੀ ਕਰ ਰਹੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਵਾਟ ਯੂ ਥਿੰਕ ਆਈ ਥਿੰਕ ਹਰ ਇੱਕ ਬੰਦੇ ਦਾ ਟ੍ਰੇਨਿੰਗ ਸਟਾਈਲ ਡਿਫਰੈਂਟ ਆ ਰਾਈਟ ਐਂਡ ਮੇਰਾ ਮੰਨਣਾ ਇਹ ਹੈ ਕਿ ਜਿੰਨੀ ਦੇਰ ਤੱਕ ਤੁਹਾਡਾ ਮਾਈਂਡ ਟੂ ਮਸਲ ਕਨੈਕਸ਼ਨ ਨਹੀਂ ਬਣਦਾ ਬਾਡੀ ਨੂੰ ਮਸਲ ਫੀਲ ਨਹੀਂ ਹੋ ਰਿਹਾ ਜਿੰਨੇ ਮਰਜ਼ੀ ਰੈਪ ਲਾਈਏ ਉਹਨਾਂ ਦਾ ਕੋਈ ਫਾਇਦਾ ਨਹੀਂ ਸੋ ਆਈ ਫੋਕਸ ਔਨ ਥੈਟ ਐਂਡ ਅਨਦਰ ਥਿੰਗ ਇਜ਼ ਜਦੋਂ ਆਪਾਂ ਫੈਟ ਬਰਨਿੰਗ ਦੀ ਗੱਲ ਕਰਦੇ ਆ ਇਹਦਾ ਇੱਕ ਪ੍ਰੋਸੈਸ ਦਾ ओके okay. ए mm -hmm. जी जी. Phases, okay. right? ए दा ਨਹੀਂ ਕਿ ਇਹਦੇ ਸਾਈਕਲਸ ਹੁੰਦੇ ਆ ਪਹਿਲਾਂ ਤੁਸੀਂ ਲੀਨ ਬਿਲਡਿੰਗ ਕਰਦੇ ਹੋ ਟੋਨ ਅਪ ਕਰਦੇ ਹੋ ਕਟਿੰਗ ਕਰਦੇ ਹੋ ਕੋਈ ਵੀ ਬੰਦਾ ਈਵਨ ਬਾਡੀ ਬਿਲਡਰ ਵੀ ਆ ਦੇ ਗੋ ਥਰੂ ਥੀਸ ਫੇजेस राइट ਪਰ ਜਦੋਂ ਆਪਾਂ ਜਨਰਲ ਫਿਟਨੈਸ ਦੀ ਗੱਲ ਕਰਦੇ ਆ ਕਈ ਵਾਰ ਐਜ਼ ਅ ਟ੍ਰੇਨਰ ਆਪਾਂ ਇੰਨੇ ਖੁੱਲ ਜਿਓਨੇ ਕਿ ਆਪਾਂ ਇਹ ਪ੍ਰੋਸੈਸ ਭੁੱਲ ਜਾਂਦੇ ਆ ਆਪਾਂ ਕਹਿੰਨੇ ਕਿ ਚਲੋ ਠੀਕ ਆ ਕਰਾ ਦਿਓ ਜਨਰਲ ਫਿਟਨੈਸ ਆ ਬਟ ਨੋ ਉਹ ਕੱਟ ਨਹੀਂ ਕਰ ਸਕਦੇ ਚਾਹੇ ਜਨਰਲ ਫਿਟਨੈਸ ਆ ਚਾਹੇ ਬਾਡੀ ਬਿਲਡਿੰਗ ਆ ਹਾਂ ਤੁਸੀਂ ਕੀ ਬੋਡੀ ਦੇ ਵਿੱਚ ਪਾ ਰਹੇ ਹੋ ਕਿੰਨੀ ਡਾਈਟ ਲੈ ਰਹੇ ਹੋ ਉਹ ਡਿਫਰੈਂਟ ਹੋਊਗੀ ਬਟ ਪ੍ਰੋਸੈਸ ਆਪਾ ਪ੍ਰੋਸੈਸ ਇਆ ਫਿਟਨੈਸ ਦੀ ਜੇ ਗੱਲ ਕਰ ਰਹੇ ਆ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਕਲਾਇੰਟਸ ਆਉਂਦੇ ਆ ਇੱਥੇ ਜਿਹੜੇ weight lose ਲਈ ਆਉਂਦੇ ਆ ਜਾਂ bodybuilding ਲਈ ਆਪਣੇ ਆਉਂਦੇ ਆ muscle building ਲਈ ਆਉਂਦੇ ਆ ਤੁਸੀਂ ਇਕੱਲੇ ਤਾਂ ਨਹੀਂ ਸਾਰਾ ਕੁਝ ਕਰਦੇ ਇੱਥੇ ਯੂ ਹੈਵ ਅ ਟੀਮ ਆਫ ਟ੍ਰੇਨਰ ਹੂ ਆਰ ਟ੍ਰੇਨਿੰਗ ਬਿਕਾਜ਼ ਸੈਸ਼ਨ ਸਵੇਰੇ ਮਰਖਾਲ 7:30 7:30 ਸ਼ੁਰੂ ਹੁੰਦਾ 7:30 ਟੂ 8:30 ਨਾਈਟ ਹਾਂ ਜੀ ਆਲਮੋਸਟ ਤੁਹਾਡਾ 24 ਘੰਟੇ ਪਰ ਕਹਿੰਦੇ 12 ਤੱਕ ਨਹੀਂ 10 ਕਿੰਨੇ ਦਾ ਚੱਲਦਾ ਹੀ ਸੈਸ਼ਨ ਤੁਹਾਡਾ ਤੇ 10 ਘੰਟੇ ਚ ਕਿਹੜੇ ਟ੍ਰੇਨਰ ਤੁਹਾਡੇ ਨਾਲ ਹੈਗੇ ਆ ਜਾਂ ਤੁਸੀਂ ਆਪ ਕਿੰਨਾ ਕੋ ਨੂੰ ਅ ਪਰਸਨਲੀ ਦੇਖਦੇ ਹੋ ਕਿ ਪਰਸਨਲੀ ਮੇਰਾ ਇੱਕ ਕਲਾਇੰਟ ਹੈਗੇ ਜੀ ਉਹਨੇ 12 ਵੀਕ ਚੱਲੇ ਲਿੱਤਾ ਉਹਦਾ ਕੀ ਰੇਸ਼ਿਓ ਹੈ ਸੋ ਉਹਦੀ ਕੋਈ ਡਿਟੇਲਿੰਗ ਹੁੰਦੀ ਹੈ ਕੋਈ ਚਾਰਟਿੰਗ ਹੁੰਦੀ ਹੈ ਯੈਸ ਇਹਦਾ ਪ੍ਰੋਸੈਸ ਇਹ ਹੈ ਕਿ ਜਦੋਂ ਕੋਈ ਵੀ ਬੰਦਾ ਸ਼ੁਰੂ ਕਰਦਾ ਚਾਹੀ 6 ਵੀਕਸ ਜਾਂ 12 ਵੀਕਸ ਰਾਈਟ ਸੋ ਦੇ ਨੰਬਰਸ ਹੁੰਦੇ weight body fat percentage ਦੋਵੇਂ ਕੈਲਕੂਲੇਟ ਹੁੰਦੇ ਆ ਰਾਈਟ ਮੀਲ ਪਲਾਨ ਦੇ ਦਿੱਤਾ ਜਾਂਦਾ ਆਫਟਰ ਥੈਟ ਐਵਰੀ ਵੀਕ ਮੈਂ ਉਹਦੇ ਨੰਬਰ ਚੈੱਕ ਕਰਦੀ ਆ ਟੂ ਕੰਪੇਅਰ ਕਿ ਰਿਜ਼ਲਟਸ ਕਿੱਥੇ ਆ ਬਿਫੋਰ ਪਿਕਚਰਜ਼ ਹੁੰਦੀਆਂ ਐਵਰੀ ਵੀਕ ਮੈਂ ਉਹਨਾਂ ਦੀ ਬਿਫੋਰ ਪਿਕਚਰਜ਼ ਕੰਪੇਅਰ ਕਰਵਾਨੀ ਹੈ ਕਿ ਵੇ ਚੇਂਜ ਕਰਨਾ ਇਹਨੂੰ ਕੀ ਦੇਣਾ ਦੈਟਸ ਆਲ ਵੀ ਡੂ ਹੁਣ ਜੇ ਮੈਂ ਕਹਾਂ ਮੈਂ ਸ਼ੁਰੂ ਕੀਤਾ 120 ਪੌਂਡ ਤੇ ਰਾਈਟ ਨਾਉ ਮੈਂ 115 ਤੇ ਆ ਗਈ ਓਕੇ ਮੈਨੂੰ ਪਤਾ weight ਥੱਲੇ ਆ ਰਿਹਾ ਹੁਣ ਮੈਂ weight ਨਹੀਂ ਹੋਰ ਘਟਾਣਾ ਸੋ ਡਾਈਟ ਚੇਂਜ ਕਰੋ ਓਕੇ ਰਾਈਟ ਸੋ ਨੰਬਰਸ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਕਰਨਾ ਕੀ ਆ ਬੇਸਿਕਲੀ ਡਾਈਟ ਦਾ ਬੜਾ ਵੱਡਾ ਇੱਕ ਰੋਲ ਆ ਜਿਹੜਾ ਮੈਂ ਤੁਹਾਡੇ ਤੋਂ ਬਾਰ ਬਾਰ ਸੁਣ ਰਾਂ ਇੱਕ ਚੀਜ਼ ਜਿਹੜੇ ਨਿਊਟ੍ਰੀਸ਼ਨ ਤੁਸੀਂ ਡਾਈਟ ਕਰਦੇ ਹੋ ਕਿ ਸਪੋਸਟ ਪ੍ਰੋਟੀਨ ਕਿੰਨਾ ਜਾਏਗਾ ਪਰਸੈਂਟੇਜ ਫਿਕਸ ਕਰਕੇ ਦਿੰਦੇ ਹੋ ਚਾਰਟ ਦੇ ਵਿੱਚ ਕਾਰਬਸ ਕਿੰਨੇ ਹੋਣਗੇ ਪ੍ਰੋਟੀਨ ਕਿੰਨਾ ਹੋਊਗਾ ਹੈਲਦੀ ਫੈਟਸ ਅਮਾਊਂਟ ਕਿੰਨਾ ਹੋਊਗਾ ਉਹ ਸਾਰੀ ਮੇਰੀ ਡਿਵਾਈਡਡ ਹੁੰਦੀ ਹੈ ਬੇਸਡ ਔਨ ਤੁਹਾਡਾ weight ਕਿੰਨਾ ਇੱਕ ਹੋਰ ਚੀਜ਼ ਮੈਂ ਸਿਗਾ ਕਿ ਜਿੱਦਾਂ ਕੋਈ ਨਵਾਂ ਆਂਦਾ ਬੰਦਾ ਉਹ ਕਿਹੜੇ weightਸ ਤੁਸੀਂ ਪਹਿਲੇ ਸ਼ੁਰੂ ਕਰਾਉਂਦੇ ਹੋ ਜੇ ਆਪਾਂ ਥੋੜਾ ਜਿਹਾ ਲੁੱਕ ਅਰਾਊਂਡ ਕਰਕੇ ਤੁਸੀਂ ਥੋੜਾ ਦੱਸ ਦੋ ਤਾਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਅਸੀਂ ਕਿਹੜੇ ਐਕਸਰਸਾਈਜ਼ ਸ਼ੁਰੂ ਤੋਂ ਹੁੰਦੀਆਂ ਇਹ ਨਹੀਂ ਕਿ ਆਂਦੇ ਵਿਚਾਰੇ ਡਰ ਜਾਣ ਵੀ ਪਤਾ ਨਹੀਂ ਕੀ ਕੁਝ ਖਰਾ ਦੇਣਾ ਪਹਿਲੇ ਦਿਨ 'ਚ ਨਹੀਂ ਜਦੋਂ ਆਪਾਂ ਪਹਿਲੇ ਦਿਨ ਤੁਸੀਂ ਆਉਂਦੇ ਹੋ ਤੁਹਾਡਾ ਵਰਕਆਊਟ ਬਹੁਤ ਈਜ਼ੀ ਹੁੰਦਾ ਸੋ ਮੇਰਾ ਮੇਨ ਗੋਲ ਉਸ ਟਾਈਮ ਇਹ ਹੁੰਦਾ ਹੈ ਕਿ ਜਿਹੜੇ ਬਿਗ ਮਸਲਸ ਆਫ ਦਾ ਬੋਡੀ ਆ ਮੈਂ ਤੁਹਾਡੀ ਬੇਸਿਕਲੀ ਫਿਟਨੈਸ ਅਸੈਸਮੈਂਟ ਕਰ ਰਹੀ ਹੁੰਨੀ ਆ ਕਿ ਤੁਹਾਡੇ ਸਕਵਾਟਸ ਆ ਤੁਹਾਡੇ ਕੁਆਡ ਕਿੰਨੇ ਵਧੀਆ ਤੁਹਾਡੇ ਨੀ ਕਿੰਨੇ ਲਾਈਕ ਸਟਰੈਂਥ ਕਿੰਨੀ ਹੈਗੀ ਯਾ ਯੂ ਨੋ ਉਹ ਸਾਰੀਆਂ ਚੀਜ਼ਾਂ ਬੈਕ ਪੇਨ ਤਾਂ ਨਹੀਂ neck ਪੇਨ ਤਾਂ ਨਹੀਂ ਉਹ ਸਾਰੀਆਂ ਚੀਜ਼ਾਂ ਮੈਂ ਫੋਕਸ ਕਰਦੀ ਆਂ ਜਦ ਕਿ ਬੰਦੇ ਨੂੰ ਇਹ ਹੁੰਦਾ ਕਿ ਮੈਂ ਵਰਕਆਊਟ ਲਾ ਰਿਹਾ ਬਟ ਆਈ ਏਮ ਵਾਚਿੰਗ 올 ਆਫ ਥੈਟ ਸੋ ਮੈਨੂੰ ਪਤਾ ਹੁੰਦਾ ਕਿ ਮੈਨੂੰ ਕਿਹੜੀ ਕਿਹੜੀ ਚੀਜ਼ ਅੱਗੇ ਕਰਾਉਣੀ ਆ ਰਾਈਟ ਛੇ ਕਿ ਸਦੀ ਰਿਸਟ ਇਸ਼ੂ ਆ ਆਪਾਂ ਪੁਸ਼-ਅੱਪਸ ਲਾਉਂਦੇ ਹੀ ਨਹੀਂ ਜਿੰਨੀ ਦੇ ਤੱਕ ਰਿਸਟ ਸਟਰੋਂਗ ਨਹੀਂ ਹੋ ਜਾਂਦੀ ਲਾਈਟੈਸਟ ਵੇਟ ਆ ਜਿਹੜਾ ਆਪਾਂ ਉਤੋਂ ਸ਼ੁਰੂ ਕਰਦੇ ਆਂ 8.5 ਪਾਉਂਡ ਥੈਨ ਸਲੋਲੀ ਸਲੋਲੀ ਵੀ ਬਿਲਡ ਇਟ ਅਪ ওকে ਜਿੱਦਾਂ ਸ਼ੁਰੂ ਵਿੱਚ ਲੋਕ ਆਉਂਦੇ ਆਂ ਵੇਟ ਚੱਕਦੇ ਆਂ ਮਤਲਬ ਪਹਿਲੇ ਤਾਂ ਜੋਸ਼ ਚ ਹੁੰਦੇ ਆ ਨਾ ਸਾਰੇ ਕਿ ਮੈਂ ਅੱਜ ਦੋ ਦਿਨਾਂ 'ਚ ਪਤਲੇ ਹੋ ਕੇ ਜਾਣਾ ਐ ਮਸਲ ਪ੍ਰੂਨ ਕਰਨ ਲੈਣੇ ਆ ਉਸ ਤੋਂ ਬਾਅਦ ਉਹ ਉਹਨਾਂ ਨੂੰ ਦੇਖਿਆ ਮੈਂ ਜਦੋਂ ਸੀੜੀਆਂ ਉਤਰ ਰਹੀ ਸੀ ਕੁਝ ਲੋਕ ਤੁਹਾਡੇ ਮੈਂ ਆਇਆ ਤਾਂ ਬੜਾ ਔਖੇ ਜਾ ਕੇ ਉਤਰੇ ਸੀ ਹਾਂਜੀ ਇਹ ਖਲੀਆਂ ਪੈ ਜਾਂਦੀਆਂ ਜਾਂ ਕ੍ਰੈਂਪਸ ਉਹਨਾਂ ਦੇ ਆ ਜਾਂਦੇ ਆ ਤੇ ਉਹਨੂੰ ਰਿਕਵਰ ਕਿੱਦਾਂ ਕੀਤਾ ਜਾਂਦਾ ਉਹਨੂੰ ਰਿਕਵਰ ਕਰਨ ਲਈ ਬੀਸੀਏਜ਼ ਹੁੰਦੇ ਆ which जी. is branched chain amino acids ਇਹ ਤੁਹਾਡੇ ਮਸਲਸ ਨੂੰ ਰਿਲੈਕਸ ਕਰਦੇ ਆ ਸਮ ਟਾਈਮਸ ਲੋਕੀ ਕੀ ਕਰਦੇ ਆ ਟਾਈਲਨੋਲ ਲੈ ਲੈਂਦੇ ਮੈਂ ਵਰਕਆਊਟ ਲਾਇਆ ਮੇਰੀ ਟਾਈਲਨੋਲ ਹੈ ਜਿਹੜੀ ਉਹਨੇ ਪੇਨ ਰਿਸੈਪਟਰ ਨੂੰ ਬਲੌਕ ਕਰਨਾ ਉਹਨੇ ਮਸਲ ਨੂੰ ਨਹੀਂ ਫਿਕਸ ਕਰਨਾ ਉਹਨੇ ਮਸਲ ਨੂੰ ਰਿਪੇਅਰ ਨਹੀਂ ਕਰਨਾ ਪਰ ਜਿਹੜਾ ਬੀਸੀਏ ਜੋ ਕਿ ਐਕਚੁਅਲੀ ਸਪਲੀਮੈਂਟ ਹੁੰਦਾ ਉਹਨੇ ਤੁਹਾਡਾ ਮਸਲ ਰਿਪੇਅਰ ਕਰਨਾ ਕਿਉਂਕਿ ਆਪਾਂ weight lift ਕੀਤਾ ਮਸਲ ਬ੍ਰੇਕ ਹੋਇਆ right ਉਹ ਰਿਪੇਅਰ ਹੋਊਗਾ ਉਹਨੇ ਫੈਟ ਬਰਨ ਕਰਨੀ ਆ ਹਾਂ ਸੋ ਉਹਦੇ ਲਈ ਮੇਰੇ ਖਿਆਲ ਕੰਟੀਨਿਊਸ਼ਨ ਚ ਆਣਾ ਵੀ ਬੈਟਰ ਅੰਦਾਜ਼ ਕਿ ਕਹਿੰਦਾ ਦੋ ਦਿਨ ਬੰਦਾ ਜਾ ਕੇ ਛੱਡ ਤੇ ਫਿਰ ਉਹ ਬ੍ਰੇਕ ਲੈ ਲੇ ਵੀਕ ਦਾ ਫਿਰ ਆ ਕੇ ਔਖਾ ਲੱਗਦਾ ਮੇਰੇ ਸਾਬ ਨਾਲ ਹਾਂਜੀ ਪਲੱਸ ਇਹ ਵੀ ਹੈ ਜਦੋਂ ਅਜੇ ਆਪਾਂ ਪਹਿਲੇ ਦਿਨ ਸ਼ੁਰੂ ਕਰਦੇ ਹੁੰਦਾ ਹੈ ਜਦੋਂ ਆਪਾਂ ਡਰਦੇ ਹਾਂ ਜੇ ਨਵੇਂ ਅਜ ਕਾਫੀ ਜਾਣੇ ਸੀ ਰਾਈਟ ਸੋ ਆਪਾਂ ਡਰਦੇ ਆ ਪਰ ਆਪਾਂ ਦੇਖਦੇ ਆ ਸਾਰੀ ਕਲਾਸ ਜੋਰ ਲਾ ਰਹੀ ਮੈਂ ਵੀ ਜੋਰ ਲਾਵਾਂ ਹੁਣ ਆਪਾਂ ਜੋਸ਼ ਚ ਜੋਰ ਤਾਂ ਲਾ ਲਿਆ ਪਰ ਹੁਣ ਅਗਲੇ ਦਿਨ ਲੱਤਾਂ ਨੂੰ ਪਤਾ ਤਾਂ ਲੱਗਣਾ ਬਟ ਦੈਟਸ ਗੁੱਡ ਦੈਟ ਮੀਨਸ ਯੂ ਆਰ ਮੋਟੀਵੇਟਿਡ ਯੂ ਆਰ ਗੈਟਿੰਗ देयर ਯੂ ਆਰ ਫੀਡ ਤੁਸੀਂ ਇੱਥੇ ਜਿੰਨੇ ਵੀ ਮੈਂ ਦੇਖ ਰਿਹਾ ਇਕਪਮੈਂਟਸ ਪਿੱਛੇ ਪਏ ਆ ਵੇਟਸ ਪਏ ਆ ਇਹ ਮੇਲ اور ਫੀਮੇਲ ਹੀ ਡਿਫਰੈਂਟ ਹੁੰਦੇ ਆ ਵੇਟ ਜਾਂ ਤੁਸੀਂ ਇੱਕ ਪੈਲਰ ਬਣਾ ਕੇ ਰੱਖਿਆ ਕਿ ਨਹੀਂ ਜਿੱਦਾਂ ਤੁਸੀਂ ਕਹੇ ਵੀ ਆਪਾਂ ਸ਼ੁਰੂ ਕਰਦੇ ਹਾਂ 5 ਪਾਉਂਡਸ ਐਂਡ 10 ਪਾਉਂਡ ਐਂਡ 20 ਪਾਉਂਡ ਇਟਸ ਇਕੁਅਲ ਫਾਰ एवरीवन ਯਾ ਹਰ ਇੱਕ ਦਾ ਡਿਫਰੈਂਟ ਕਰਦੇ। ਨੋ ਇਟਸ ਡਿਫਰੈਂਟ ਡਿਪੈਂਡਿੰਗ ਅਪਨ ਤੁਹਾਡਾ એનર્ਜੀ ਲੈਵਲ ਕੀ ਆ ਤੁਹਾਡਾ ਇੰਜਰੀ ਲੈਵਲ ਕੀ ਆ ਤੁਹਾਡੇ ਗੋਲਸ ਕੀ ਆ ਜੇ ਕਿਸੇ ਮੈਨ ਦਾ ਗੋਲ ਹੈ ਮੈਂ ਬਲਕੀ ਹੋਣਾ ਤਾਂ ਆਫਕੋਰਸ ਮੈਂ ਉਹਨੂੰ ਹੈਵੀ weight ਲਵਾਉਂਗੀ ਜੇ ਉਹਨਾਂ ਦਾ ਗੋਲ ਹੈ ਕਿ ਮੈਂ ਉਹਨੂੰ ਲੀਨ ਆਊਟ ਰੱਖਣਾ ਤਾਂ ਦੈਨ ਅਗੇਨ ਇਟਸ ਅ ਪ੍ਰੋਸੈਸ ਪਹਿਲਾਂ ਬਿਲਡ ਕਰਾਂਗੇ ਫਿਰ ਕੱਟ ਕਰਾਂਗੇ। ਆਪਾਂ ਮੈਨ ਦੀ ਗੱਲ ਕਰਦੇ ਆ ਸੋ ਊਮਨ ਮੀਨਸ ਊ ਮੈਨ ਯਾਨੀ ਮੈਨ অর ਊਮਨ ਦੋਨੋਂ ਹੈ ਬੋਥ ਮਤਲਬ ਇੱਕੋ ਮਿਥ ਕੱਢ ਦਈਏ ਲੋਕਾਂ ਨੂੰ ਕਿ ਊਮਨ ਰੌਕ ਸੈਂਟਰ ਨਹੀਂ ਇਟ ਇਜ਼ ਫॉर ਮੇਲ ਐਂਡ ਫੀਮੇਲ ਬੋਥ ਹਾਂਜੀ ਇਟਸ ਮੇਨ ਆਫ ਮੇਲ ਐਂਡ ਫੀਮੇਲ ਬੋਥ ਯੈਸ ਸੋ ਉਹਨਾਂ ਦੀ ਜਿਹੜੀ ਆਪਾਂ ਮੇਲ অর ਫੀਮੇਲ ਦੀ ਡਿਫਰੈਂਟ ਕਲਾਸਿਸ ਵੀ ਹੈਗੇ ਕੁਝ ਸ਼ਾਇਦ ਫੀਲ ਕਰਦੇ ਆ ਕਿ ਮੈਂ ਮੇਲਸ ਦੇ ਨਾਲ ਨਹੀਂ ਕਰਨੀ ਯੈਸ ਉਹਦਾ ਇੱਕ ਪ੍ਰੋਵੀਜ਼ਨ ਹੈਗਾ ਸਾਡੇ ਯੈਸ ਔਰ ਔਰ ਦੀਆਂ ਸੈਪਰੇਟ ਕਲਾਸਿਸ ਵੀ ਹੈਗੀਆਂ ਤੇ ਮੈਨ ਐਂਡ ਔਰ ਔਰ ਕਲਾਸਿਸ ਟੁਗੇਦਰ ਵੀ ਹੈਗੀਆਂ ਸੋ ਇਫ ਯੂ ਗਾਇਜ਼ ਵਾਂਟ ਟੂ ਕਮ ਐਜ਼ ਅ ਕਪਲ राइट हो तो आपका बॉन्डिंग टाइम बनता है ਤੁਸੀਂ ਮਜ਼ਾਕ ਕਰਦੇ ਹੋ ਇੱਕ ਦੂਜੇ ਨੂੰ ਫਨ ਕਰਦੇ ਹੋ ਸੋ दैट आल्सो ਯੂ ਕੈਨ ਡੂ ਮਤਲਬ ਦੋ ਜਨਾਂ ਦਾ ਟਾਲਿਸ਼ ਹੈ ਦਾ ਜਲਦੀ ਫਰੂਨ ਵੀ ਹੋਏ ਦੇ ਦੋਨੋਂ ਜਦੋਂ ਸੀ ਦਾ ਫਰਕ ਪੈਂਦਾ ਕਾਫੀ ਕਪਲਸ ਆਉਂਦੇ ਐਂਡ ਐਂਡ ਇਟਸ ਬਿਊਟੀਫੁਲ ਟੂ ਸੀ ਕਿ ਜਦੋਂ ਪਹਿਲੇ ਦਿਨ ਆਉਂਦੇ ਆ ਦੇ ਆਰ ਇਨ देयर ओन ਹੈਡ ਫਿਰ ਉਹ ਇੱਕ ਦੂਜੇ ਨਾਲ ਕਨੈਕਟ ਹੁੰਦੇ ਆ ਰਿਲੇਸ਼ਨਸ਼ਿਪ ਬੈਟਰ ਹੁੰਦਾ ਯੂ نو ਫਿਰ ਵੈਲੈਂਟਾਈਨ ਤੇ ਪ੍ਰੋਪੋਜ਼ਸ ਹੁੰਦੇ ਆ ਆਲਸੋ ਆਲਰੈਡੀ ਦੇਅਰ ਮੈਰਿਡ ਫਾਰ ਸੋ ਮਨੀ ਇਅਰਸ ਬਟ ਇਟਸ ਡਿਫਰੈਂਟ ਵਾਈਬ ਟੂ ਸੀ ਯੂ نو ਪੀਪਲ ਚੇਂਜ ਯਸ ਪੀਪਲ ਚੇਂਜ ਇਨ ਇੱਕ ਹੋਰ ਬੜਾ ਕੁਐਸਚਨ ਹੈਗਾ ਬੜਾ ਇੰਪੋਰਟੈਂਟ ਕਿ ਜੇ ਕਿਸੇ ਦੀ ਅਕਾਰਡੀਓ ਕਾਰਿਓ ਕਰਤੇ ਹੈ ਜਾਂ ਜੇ ਕੋਈ weight loss ਕਰਨ ਲਈ ਕੁਝ ਦੂਜੀ ਹੈਵੀ ਬਲਕ ਐਕਸਰਸਾਈਜ਼ ਤੁਸੀਂ ਕਰਾਂਦੇ ਉਹਦੇ ਵਿੱਚ ਕੀ ਡਿਫਰੈਂਸ ਕੀ ਹੈ ਜਦੋਂ ਆਪਾਂ ਕੱਲੀ ਕਾਰਡੀਓ ਕਰਕੇ weight loss ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ weight ਤਾਂ lose ਕਰਦੇ ਆ ਨਾਲ muscle ਵੀ lose ਕਰਦੇ ਆ ਜਿਹੜਾ muscle ਆ ਤੁਹਾਡੀ ਬੋਡੀ ਨੂੰ ਟਾਈਟ ਐਂਡ ਟੋਨ ਰੱਖਦਾ which जी. means ਕਿ ਹੁਣ ਮੈਂ weight ਤਾਂ lose ਕਰ ਲਿਆ ਪਰ ਮੇਰੀ ਬੋਡੀ ਐ ਜਿਹੜੀ loose ਐਂ ਜਿਗਲੀ ਹੋਊਗੀ ਇੱਥੇ flaps ਹੋਣਗੇ ਇੱਥੇ flaps ਹੋਣਗੇ ਲਾਈਕ ਦਾ ਪਰ ਜੋ ਮੈਂ ਸਕੇਲ ਤੇ ਚੜੂੰਗੀ ਮੈਨੂੰ ਲੱਗੂਗਾ ਮੈਂ weight lose ਕਰ ਲਿਆ ਪਰ ਐਕਚੁਅਲੀ ਮੇਰੀ ਬੋਡੀ ਤੇ ਨਹੀਂ ਲੱਗੂਗਾ ओके ਸੋ ਜਦੋਂ ਆਪਾਂ weight's ਨਾਲ ਚੱਕਦੇ ਆ ਉਹਦੇ ਨਾਲ ਤੁਹਾਡਾ weight ਦਾ ਜਿਹੜਾ ਨੰਬਰ ਆ ਉਹ ਥੋੜਾ ਹੌਲੀ ਥੱਲੇ ਆਉਂਦਾ ਪਰ ਤੁਹਾਡੀ ਬੋਡੀ ਦੀ ਸ਼ੇਪ ਬਹੁਤ ਚੇਂਜ ਹੁੰਦੀ ਆ ਤੁਹਾਡੇ ਇੰਚਸ ਥੱਲੇ ਆਉਂਦੇ ਆ ਬੋਡੀ ਇਸ ਟਾਈਟ ਐਂਡ ਟੋਨ ਜਿਹੜੀ ਲੂਸ ਸਕਿਨ ਸਪੈਸ਼ਲੀ ਆਫਟਰ ਡਿਲੀਵਰੀਿੰਗ ਆਫ ਦ ਕਿਡਸ ਹੁੰਦੀ ਆ ਉਹ ਸਾਰੀ ਟਾਈਟ ਹੁੰਦੀ ਆ ਸੋ ਦੋਵਾਂ ਦਾ ਕੰਬੀਨੇਸ਼ਨ ਇੰਪੋਰਟੈਂਟ ਆ ਕਿਉਂਕਿ ਇੱਕ ਵਾਰ ਜਿਹੜੀ ਲੂਸ ਸਕਿਨ ਆਈ ਉਹਨੂੰ ਬਾਅਦ ਚ ਫਿਕਸ ਆਪਾਂ ਸਿਰਫ ਸਰਜਰੀ ਨਾਲ ਹੀ ਕਰ ਸਕਦੇ ਆ ਹਾਂ ਇਹ ਕਿਉਂਕਿ ਉਹਨੂੰ ਆਪਾਂ ਸਰਜਰੀ ਦੇ ਨਾਵਾ ਜੇ ਐਕਸਰਸਾਈਜ਼ ਪ੍ਰੋਪਰ ਕਰਾਂਦੇ ਤੁਸੀਂ ਜੇ ਤੁਹਾਨੂੰ ਪਤਾ ਹੋਏ ਕਿ ਯਸ ਸੋ ਕਿਉਂਕਿ ਉਹ ਕਹਿੰਦੇ ਬਾਕੀ ਬੋਡੀ ਠੀਕ ਹੈ ਪਰ ਮੇਰੀ ਨਾ ਸਰਜਰੀ ਹੋਈ ਸੀ ਉਸ ਤੋਂ ਬਾਅਦ ਜਾਂ ਕਿਸੇ ਹੋਰ ਦੀ ਵੀ ਕੋਈ ਸਰਜਰੀ ਹੋਈ ਹੈ ਉਹ ਪੇਟ ਲਟਕ ਜਾਂਦਾ ਜਾਂ ਕੁਝ ਹੋਰ ਕਮਰ ਸਾਈਡ ਤੋਂ ਵੱਜ ਜਾਂਦੀ ਹੈ ਸੋ ਉਹਦੇ ਲਈ ਪ੍ਰੋਪੋਰਸ਼ਨਲ ਕਰਨ ਲਈ ਤੁਸੀਂ ਡਿਫਰੈਂਟ ਹੈ ਕਿ ਸਿਰਫ ਐਕਸਰਸਾਈਜ਼ ਉਹਦੇ ਲਈ ਪਹਿਲਾਂ ਆਪਾਂ weight loss ਕਰਦੇ ਆ ਪਹਿਲਾਂ ਦੇਖਦੇ ਆ ਕਿ ਲੈਵਲ ਕੀ ਆ ਅਗੇਨ ਆਪਾਂ weights ਨਾਲ ਕਾਫੀ ਹੱਦ ਤੱਕ 80 ਤੋਂ 85% ਤੱਕ ਜੇ ਆਪਾਂ ਨੂੰ ਸਹੀ ਗਾਈਡੈਂਸ ਆ ਆਪਾਂ ਉਹਨੂੰ ਫਿਕਸ ਕਰ ਸਕਦੇ ਆ ਰਾਈਟ ਬਟ ਅਗੇਨ ਜਿਹੜੀ ਲਾਸਟ 10 15% ਆ ਆਫਟਰ ਦਾ ਕਿਡਜ਼ ਜਾਂ ਕੋਈ ਸਰਜਰੀ ਕਰਕੇ ਆ ਉਹ ਉਹਨੂੰ ਨਹੀਂ ਆਪਾਂ ਚੇਂਜ ਕਰ ਸਕਦੇ weights ਨਾਲ ਪਰ ਇੰਨੀ ਕੁ ਵਧੀਆ ਬੋਡੀ ਬਣ ਜਾਂਦੀ ਆ ਕਿ ਆਪਾਂ ਨੂੰ ਉਹਦੀ ਕੇਅਰ ਨਹੀਂ ਰਹਿੰਦੀ ਇਹ ਤਾਂ ਹੋ ਗਈ ਜੀ ਫਿਜ਼ੀਕਲ ਸਾਰਾ ਵੀ ਤੁਸੀਂ ਫਿਜ਼ੀਕਲੀ ਬਾਡੀ ਬੰਦੇ ਦੀ ਪਰੂਨ ਕਰਤੀ ਵਧੀਆ ਤਰੀਕੇ ਦੇ ਮਸਲਸ ਬਣ ਗਏ weight lose ਵੀ ਹੋ ਗਿਆ ਮੈਂਟਲੀ ਤੁਸੀਂ ਉਹਨਾਂ ਨੂੰ ਕਿਦਾਂ ਇਨਵੋਲ ਕਰਦੇ ਹੋ ਯੈਸ ਫॉर देयर ਫਿਜ਼ੀਕਲ ਐਂਡ ਮੈਂਟਲ ਤੁਸੀਂ ਮਾਈਂਡ ਐਂਡ ਬਾਡੀ ਇੱਕ ਤਰ੍ਹਾਂ ਦੀ ਇੱਕ ਰੈਕਸ਼ਨ ਸੇਮ ਕਰੇ ਉਹ ਕਿਦਾਂ ਹੁੰਦਾ ਐਦਾਂ ਕਿ ਵੀ ਡੂ ਇੱਕ ਤਾਂ ਸੀ ਮਾਈਂਡਸੈਟ ਵਰਕਸ਼ਾਪਸ ਕਰਦੇ ਆ ਉਹਦਾ ਮਤਲਬ ਇਹ ਹੁੰਦਾ ਕਿ ਲੈਟਸ ਸੇ ਹੁਣ ਮੈਨੂੰ ਕ੍ਰੀਵਿੰਗ ਹੋ ਰਹੀ ਆ ਫੂਡ ਦੀ ਉਹ ਬੇਸਿਕਲੀ ਫੂਡ ਦੀ ਕ੍ਰੀਵਿੰਗ ਨਹੀਂ ਉਹ ਥੱਲੇ ਕੋਈ ਇਮੋਸ਼ਨ ਆ ਓਕੇ ਐਵਰੀ ਟਾਈਮ ਜਦੋਂ ਮੈਨੂੰ ਕਿਸੇ ਨੇ ਕਿਸੇ ਚੀਜ਼ ਤੋਂ ਰੋਕਿਆ ਜਾਂ ਮੈਨੂੰ ਕਿਸੇ ਚੀਜ਼ ਤੇ ਗੁੱਸਾ ਆਇਆ ਮੈਂ ਉਸ ਚੀਜ਼ ਨੂੰ ਫੂਡ ਨਾਲ ਕਵਰ ਕਰਤਾ ਮੈਂ ਪੈਂਟਰੀ 'ਚ ਚਲੀ ਗਈ ਓਕੇ ਜਿਵੇਂ ਆਪਾਂ ਨੂੰ ਕਹਿੰਦੇ ਆ ਐਡਿਕਸ਼ਨ ਹੁੰਦੀ ਹੈ ਡਰਿੰਕ ਦੀ ਸਮੋਕਿੰਗ ਦੀ ਸੇਮ ਵੇ ਫੂਡ ਵੀ ਇੱਕ ਐਡਿਕਸ਼ਨ ਆ ਜਿਹਨੂੰ ਆਪਾਂ ਇਮੋਸ਼ਨਸ ਨੂੰ ਕਵਰ ਕਰਨ ਲਈ ਯੂਜ਼ ਕਰਦੇ ਆ ਮੈਂ ਨਾਰਮਲੀ ਥੋੜੇ ਜਿਹਾ ਸਟ्रेस ਦੇ ਵਿੱਚ ਬੰਦਾ ਜ਼ਿਆਦਾ ਖਾ ਲੈਂਦਾ ਯੈਸ ਫਿਰ weight ਵਧਣਾ ਹੀ ਹੈ ਸ਼ਾਇਦ ਉਹ ਸੇਮ ਪੁਆਇੰਟ ਆ ਬਿਕੋਜ਼ ਆਈ ਐਮ ਯੂਜ਼ਿੰਗ ਫੂਡ ਟੂ ਗੈਟ ਰਿਡ ਆਫ ਦ ਫੀਲਿੰਗ கரெக்ட் ਪਰ ਜਦੋਂ ਹੁਣ ਆਪਾਂ ਵਰਕਆਊਟ ਕਰਦੇ ਆਂ ਆਪਾਂ ਫੂਡ ਤੋਂ ਥੋੜਾ ਸਟੈਪ ਬੈਕ ਕਰਦੇ ਆਂ ਮਾਈਂਡਸੈਟ ਵਰਕਸ਼ਾਪਸ ਲੱਗਦੀਆਂ ਮੈਡੀਟੇਸ਼ਨਸ ਲੱਗਦੀਆਂ ਓਕੇ ਰਾਈਟ ਤੁਹਾਡੇ ਇਮੋਸ਼ਨਸ ਤੁਹਾਡੇ ਸਰਫੇਸ ਤੇ ਆਉਂਦੇ ਆਪਾਂ ਉਹਨੂੰ ਹੀਲ ਕਰਦੇ ਆਂ ਠੀਕ ਹੈ ਰਾਈਟ ਹੁਣ ਉਹ ਚੀਜ਼ ਆਪਣੇ ਅੰਦਰੋਂ ਨਿਕਲ ਗਈ ਹੁਣ ਮੈਂ ਇਹ ਨਹੀਂ ਸੋਚ ਰਹੀ ਕਿ ਮੈਂ ਆ ਚੀਜ਼ ਖਾਣੀ ਨਹੀਂ ਮੈਨੂੰ ਉਹ ਕਰੀਵਿੰਗ ਹੀ ਨਹੀਂ ਹੋ ਰਹੀ ਓਕੇ ਸੋ ਪ੍ਰੋਸੈਸ ਹੀ ਡਿਫਰੈਂਟ ਹੋ ਗਿਆ ਹਮ 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 ਰਾਈਟ ਹੁਣ ਮੇਰੀ ਅੰਦਰਲੀ ਵਾਈਬ ਹੀ ਬਦਲ ਗਈ ਇੱਕ ਹੈ ਮੈਂ ਗੁਲਾਬ ਜਾਮਨ ਖਾਣਾ ਪਰ ਮੈਂ ਖਾ ਨਹੀਂ ਸਕਦੀ ਮੈਂ weight lose ਕਰਨਾ ਇੱਕ ਹੈ ਮੈਨੂੰ ਇਸ ਚੀਜ਼ ਦੀ ਲੋੜ ਹੀ ਨਹੀਂ ਕਿਉਂਕਿ ਮੇਰੇ emotions ਬਦਲ ਗਏ ਮੈਨੂੰ ਇਹਦੀ craving ਹੀ ਨਹੀਂ ਹੋ ਰਹੀ ਕਰੈਕਟ ਰਾਈਟ ਹੁਣ ਉਹ ਡਿਫਰੈਂਸ ਆ ਗਿਆ ਇੱਕ ਹੋਰ ਬੜਾ ਨਾ ਬੜਾ ਵਧੀਆ ਵਰਡ ਹੈਗਾ ਚੀਟ ਮੀਲ ਹਾਂਜੀ ਚੀਟ ਮੀਲ ਕਿਹਨੂੰ ਕਹਿੰਦੇ ਆਪਾਂ ਆਪਾਂ ਚੀਟ ਮੀਲ ਹੈ ਜਿਹੜੀ ਜ਼ਰੂਰੀ ਆ ਲਾਈਕ ਜ਼ਰੂਰੀ ਆ ਬਿਕੋਜ਼ ਤੁਹਾਨੂੰ ਬਾਕੀ ਚੀਜ਼ਾਂ ਵੀ ਆਪਾਂ ਖਾਣੀਆਂ ਆ ਨਾ ਆਪਾਂ ਜ਼ਿੰਦਗੀ ਜੀਣ ਆਏ ਆ ਐਂਡ ਆਈ ਫੀਲ ਜਿਹੜੀ ਫਿਟਨੈਸ ਹੈ ਨਾ ਇੱਕ ਲਾਈਫਸਟਾਈਲ ਆ ਤੁਹਾਡੀ ਸਾਰੀ ਲਾਈਫ ਫਿਟਨੈਸ ਨਹੀਂ ਹੈਗੀ ਤੁਸੀਂ ਚੀਟ ਵੀ ਕਰੋ ਇੰਜੋਏ ਵੀ ਕਰੋ ਪਰ ਵਰਕਆਊਟ ਵੀ ਲਾਉ ਰਾਈ ਸੋ ਚੀਟ ਮੀਲ ਇਸ ਸਮਥਿੰਗ ਜੇ ਮੈਂ ਕਹਾਂ ਲੰਚ ਦੇ ਵਿੱਚ ਨਾਰਮਲੀ ਮੈਂ 100 ਗ੍ਰਾਮ ਚਿਕਨ ਬਰੈਸਟ ਲੈਣੀ ਆ ਤੇ 100 ਗ੍ਰਾਮ ਰਾਈਸ ਲੈਣੇ ਆ ਨਾ ਉਸ ਤੋਂ ਬਾਅਦ ਮੈਨੂੰ ਜਿੰਨੀ ਕਿ ਭੁੱਖ ਨਾਰਮਲ ਡੇ ਤੇ ਲੱਗਦੀ ਹੈ ਨਾ ਚੀਟ ਮੀਲ ਕਰਨ ਤੋਂ ਬਾਅਦ ਵੀ ਮੈਨੂੰ ਉਦਾਂ ਹੀ ਲੱਗਣਾ ਚਾਹੀਦਾ ਉਹ ਮੇਰਾ ਚੀਟ ਮੀਲ ਆ ਓਕੇ ਸੋ ਲੈਟਸ ਸੇ ਮੈਨੂੰ ਪਟੂਰੇ ਛੋਲੇ ਦੀ ਕ੍ਰੇਵਿੰਗ ਹੋ ਰਹੀ ਆ ਮੈਂ ਕਹਾਂ ਮੈਂ ਇੱਕ ਪਟੂਰਾ ਲੈ ਲਿਆ ਨਾਲ ਥੋੜੇ ਛੋਲੇ ਲੈ ਲੈ ਨਾ ਉਹ ਮੈਂ ਫੁੱਲ ਹੋ ਰਹੀ ਆ ਸਟਾਪ ਹਮ ਹਮ ਇੱਕ ਮੇਰਾ ਚੀਟ ਮੀਲ ਹੈ ਤੇ ਮੈਂ ਖਾਣਾ ਆ ਵੀ ਰੈਸਟੋਰੈਂਟ ਚ ਫੂਡ ਨਾ ਬਚੇ ਉਹ ਦੋਵਾਂ ਚ ਫਰਕ ਆ ਬਿਕੋਜ਼ ਐਕਸਟਰਾ ਫੂਡ ਜਿੰਨਾ ਆਪਾਂ ਜਾਣਾ ਨਾ ਖਾਣਾ ਅੰਦਰ ਜਾਣਾ ਨਾ ਉਹ ਸਾਰਾ ਤੁਹਾਡੇ ਅੰਦਰ ਫੈਟ ਦੀ ਫਾਰਮ ਦੇ ਵਿੱਚ ਸਟੋਰ ਹੋਣਾ ਮਤਲਬ ਜਿੰਨਾ ਤੁਸੀਂ ਇੱਕ ਵੀਕ ਚ ਕੀਤਾ ਤੁਸੀਂ ਉਹ ਚੀਟ ਮੀਲ ਕਰਕੇ ਨੁਕਸਾਨ ਕਰ ਰਹੇ ਹੋ ਨੁਕਸਾਨ ਕਰ ਨਹੀਂ ਚੀਟ ਮੀਲ ਕਰੋ ਪੋਰਸ਼ਨ ਨੂੰ ਕੰਟਰੋਲ ਐਗਜ਼ੈਕਟਲੀ ਲਿਸਨ ਟੂ ਯਰ ਬਾਡੀ ਮੇਰੀ ਬਾਡੀ ਕਹਿ ਰਹੀ ਹੈ ਤੂੰ ਫੁੱਲ ਹੋ ਗਈ ਆ ਸਟਾਪ ਇਟ ਉਨੀयत ਨਹੀਂ ਭਰਦੀ ਨਾ ਪਰ ਉਹ ਇੱਕ ਵਾਰ ਜਦਾ ਨੀयत ਨਹੀਂ ਭਰਦੀ ਉਹੀ ਹੈ ਨਾ ਸੈਲਫ ਕੰਟਰੋਲ ਸੋ ਫਿਟਨੈਸ ਤੁਹਾਨੂੰ ਬਹੁਤ ਚੀਜ਼ਾਂ ਸਿਖਾਉਂਦੀ ਹੈ ਸੈਲਫ ਕੰਟਰੋਲ ਸਿਖਾਉਂਦੀ ਹੈ ਤੁਹਾਨੂੰ ਡਿਸਪਲਨ ਸਿਖਾਉਂਦੀ ਹੈ ਮਾਈਂਡ ਕੰਟਰੋਲ ਕਹਿੰਦਾ ਤੁਸੀਂ ਕਰਨਾ ਫੂਡ ਤੇ ਆਪਣੇ ਆਪ ਦੀ ਬਾਡੀ ਨੂੰ ਵੀ ਹਾਈ ਮੇਰੀ ਕੈਲਰੀਜ਼ ਨਾ ਵਧ ਜਾਣ ਸੋ ਆਈ ਹੈਵ ਟੂ ਸਟਾਪ ਆਲ ਥਿੰਗਸ ਸੋ ਬੇਸਿਕਲੀ ਬੈਲੈਂਸ ਬੀਟਵੀਨ ਗਿਲਟ ਈਟਿੰਗ ਰਾਈਟ ਮੇਕਿੰਗ ਰਾਈਟ ਚੁਆਇਸਿਸ ਬੀ ਇਮੋਸ਼ਨਲੀ ਤੁਸੀਂ ਅਵੇਅਰ ਹੋ ਜਾਂਦੇ ਹੋ ਯੂ ਆਰ ਏਬਲ ਟੂ ਬੈਲੈਂਸ ਯੋਰਸੈਲਫ ਮੋਰ ਔਰ ਉਹ ਤੁਹਾਨੂੰ ਲਾਈਫ ਚ ਵੀ ਬਹੁਤ ਕੰ ਠੀਕ ਹੈ ਤੇ ਜਿੱਦਾਂ ਤੁਹਾਨੂੰ ਕਿਹਾ ਸੀਗਾ ਜੀ ਜਰਾ ਹਟਕੇ ਹੀ ਹੈ ਔਰ वूਮਨ ਰੌਕ ਸੈਂਟਰ ਵਾਕਈ ਜਰਾ ਹਟਕੇ ਜਿਹੜੀਆਂ ਗੱਲਾਂ ਮੌਨਿਕਾ ਜੀ ਨਾਲ ਹੋਈਆਂ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਬਹੁਤ ਵੱਡੀ ਸਿਹਤ ਸੇਵਾ ਕਰ ਰਹੇ ਹੈ ਹੈਲਥ ਸਰਵਿਸੇਸ ਹੈਲਥ ਜਿਹੜੀ ਬੜੀ ਇੰਪੋਰਟੈਂਟ ਹੈ ਬੀਗ ਅ ਗੁੱਡ ਸਿਟੀਜ਼ਨ ਆਪਾਂ ਬਣਜਣੇ ਕਰੈਕਟਰ ਵਾਈਜ਼ ਬਟ ਹੈਲਥ ਜੇ ਠੀਕ ਹੈਗੀ ਹੈ ਜਿਸ ਦੇਸ਼ ਜਿਸ ਕੰਟਰੀ ਜਿਸ ਸਟੇਟ ਦੀ ਹੈਲਥ ਵਧੀਆ ਹੈ ਉਹ ਵੈਸੇ ਗਰੋ ਕਰਦਾ ਤੇ ਉਸ ਹੈਲਥ ਨੂੰ ਯੋਗਦਾਨ ਪਾਨ ਲਈ ਉਹ ਤੋਂ ਵਧਾਨ ਲਈ ਸ਼ਾਇਦ ਮੌਨਿਕਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਆਪਾਂ ਇਹਨੂੰ ਇੱਕ ਵਲੰਟੀਅਰ ਸੇਵਾ ਕਹਿ ਸਕਦੇ ਆ ਕਿ ਜਿਹੜੀ ਉਹ ਜੀਜਾ ਨਾਲ ਮਿਹਨਤ ਕਰਦੇ ਆ ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਚੀਜ਼ ਕਮਾਈ ਨਾਲ ਹੁੰਦੀ ਹੈ ਲੇਕਿਨ ਜਿਹੜਾ ਆਪਣੀ ਡੈਡੀਕੇਸ਼ਨ ਦੇਣੀ ਔਰ ਆਪਣੀ ਐਕਸਪੀਰੀਅੰਸ ਦੇਣਾ ਔਰ ਬੀਇੰਗ ਅ ਨਰਸਿੰਗ profession ਰਹਾ ਨਾ ਦਾ ਹੈਲਥ profession ਰਹਾ ਸੇਵਾ ਇਹਨਾਂ ਦੀ ਉਹੀ ਹੈ ਸਿਰਫ ਇਹਨਾਂ ਨੇ ਇੱਕ ਸਟਾਈਲ ਬਦਲਿਆ ਸੇਵਾ ਕਰਨ ਦਾ ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਮੋਨਿਕਾ ਰੋੜਾ ਦੇ ਜਿਹੜੇ ਕਿ ਸਾਰੀ ਹੀ ਕਮਿਊਨਿਟੀ ਨੂੰ ਸਾਰੇ ਹੀ ਜਨਤਾ ਨੂੰ ਸਪੈਸ਼ਲੀ ਕੈਲਗੇਰੀਅਨਸ ਨੂੰ ਤਾਂ ਇੱਕ ਬਹੁਤ ਵਧੀਆ ਸੇਧ ਦੇਣ ਦਾ ਇੱਕ ਉਪਰਾਲਾ ਇਹਨਾਂ ਨੇ ਚੱਕਿਆ ਤੇ ਮਨਗੇ ਤੁਸੀਂ ਜਾਂਦੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਜਾਂਦੇ ਹੋਏ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਆਪਾਂ ਕੈਨੇਡਾ ਆਉਂਨੇ ਆ ਸਟ੍ਰੈਸ ਆਪਣੀ ਲਾਈਫ ਖਾ ਜਾਂਦਾ ਘਟੋ ਘਟ ਪੰਜ ਤੋਂ 10 ਸਾਲ ਆਪਾਂ ਚ ਲੂਜ਼ ਕਰਦੇ ਆ ਜਦੋਂ ਆਪਾਂ ਫਿਟਨੈਸ 6 ਮਹੀਨੇ ਤੋਂ ਸਾਲ ਵੀ ਲਾ ਲਈ ਨਾ ਉਹਨੇ ਆਪਣੇ ਉਹ 10 ਸਾਲ ਬੈਕ ਲਿਆ ਦੇਣੇ ਆ ਸੋ ਯੂਲ ਫੀਲ ਗੁੱਡ ਤੁਹਾਡੀ એનર્ਜੀ ਵਧੂਗੀ ਤੁਹਾਡਾ ਲਾਈਫ ਸਟਾਈਲ ਚੇਂਜ ਹੋਊਗਾ ਤੁਹਾਡੀ ਥਿੰਕਿੰਗ ਬਦਲੂਗੀ ਤੁਸੀਂ ਇੱਕ ਬੈਟਰ ਪਰਸਨ ਬਣੋਗੇ ਜਿਸ ਨਾਲ ਇੱਕ ਬੈਟਰ ਸੁਸਾਇਟੀ ਤੇ ਕਮਿਊਨਿਟੀ ਕ੍ਰੀਏਟ ਹੁੰਦੀ ਆ ਬਿਲਕੁਲ ਜੀ ਸੋ ਵਿਚ ਇਜ਼ ਰੀਲੀ ਗੁੱਡ ਰਾਈਟ ਸੋ ਇਹੀ ਹੈ ਕਿ ਜੇ ਤੁਹਾਨੂੰ ਡਰ ਲੱਗਦਾ ਤੁਹਾਨੂੰ ਲੱਗਦਾ ਮੈਂ ਕਦੇ ਵਰਕਆਊਟ ਨਹੀਂ ਲਾਇਆ ਮੈਨੂੰ ਯਕੀਨ ਨਹੀਂ ਹੈਗਾ ਮੇਰਾ weight ਘਟੂਗਾ ਨਹੀਂ ਘਟੂਗਾ ਕੀ ਖਾਣਾ ਹੈ ਕੀ ਵਰਕਆਊਟ ਲਾਣਾ ਆਈ ਊਡ ਸੇ ਆਓ ਇੱਕ ਫ੍ਰੀ ਕਲਾਸ ਲਾ ਲਓ ਮੇਰੇ ਨਾਲ ਫ੍ਰੀ ਕੌਨਸਲਟ ਬੁੱਕ ਕਰ ਲਓ ਮੈਂ ਤੁਹਾਨੂੰ ਗਾਈਡ ਕਰ ਦੂੰਗੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਆਪਾਂ ਅੱਗੇ ਕੰਮ ਕਰਾਂਗੇ ਜੇ ਤੁਹਾਨੂੰ ਲੱਗਿਆ ਕਿ ਨਹੀਂ ਤਾਂ ਦੈਨ ਆਲਸੋ ਪਲੀਜ਼ ਕਮ ਐਟ ਲੀਸਟ ਮੈਂ ਤੁਹਾਨੂੰ ਕੋਸ਼ਿਸ਼ ਤਾਂ ਹੈਲਪ ਕਰ ਪਾਉਂਗੀ ਜਦੋਂ ਮੋਨਿਕਾ ਦੇ ਕਹੇ ਜੀ ਵੀ ਡਰ ਦੇ ਅੱਗੇ ਕੀ ਹੈ ਡਰ ਦੇ ਅੱਗੇ ਜੀਤ ਹੈ ਤੇ ਜੀਤ ਦੇ ਨਾਲ ਤੇ ਮੋਨਿਕਾ ਅਰੋੜਾ ਖੜੇ ਹੈ ਤੇ ਅਸੀਂ ਡਰਨ ਦੀ ਲੋੜ ਨਹੀਂ ਜੇ ਤੁਸੀਂ ਕੋਈ ਵੀ ਹਿਚਕ ਹੈ ਤੁਹਾਨੂੰ ਕੋਈ ਕੁਐਸਚਨ ਹੈ ਤੁਸੀਂ ਡਾਇਰੈਕਟਲੀ ਵੂਮਨ ਰੌਕ ਸੈਂਟਰ ਤੇ ਮੇਲ ਫੀਮੇਲ ਦੋਨੋਂ ਆ ਸਕਦੇ ਹੋ ਕਪਲਸ ਵੀ ਆ ਸਕਦੇ ਆ ਇਕੱਲੇ ਫੀਮੇਲਸ ਟਾਈਮ ਜੁੜੇ ਵਧੀਆ ਹੈਗੇ ਤੇ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਪਹਿਲੇ ਜ਼ਰੂਰੀ ਰੱਖੋ ਸਿਹਤ ਤੋਂ ਵਧੀਆ ਕੋਈ ਚੀਜ਼ ਨਹੀਂ ਪਹਿਲੇ ਅਸੀਂ ਆਪਣਾ ਪੈਸਾ ਸਿਹਤ ਖਰਚ ਕੇ ਪੈਸਾ ਕਮਾਉਣੇ ਆ ਮੁੜ ਕੇ ਫਿਰ ਪੈਸਾ ਸੇਤ ਤੇ ਖਰਚੇ ਤੇ ਬੈਟਰ ਰੱਖੀਏ ਆਪਾਂ ਇਕੁਅਲ ਬਰਾਬਰ ਚੱਲੀਏ ਤੇ ਬੈਟਰ ਰਹੇਗਾ ਯੈਸ ਤੇ ਆਪਾਂ ਫੇਰ ਮਿਲਾਂਗੇ ਬੜੀ ਜਲਦ ਇੱਕ ਹੋਰ ਪ੍ਰੋਗਰਾਮ ਨਾਲ ਇੱਕ ਜਰਾ ਹਟਕੇ ਬਹੁਤ ਬਹੁਤ ਧੰਨਵਾਦ ਮੋਨਿਕਾ ਜੀ ਸਾਡਾ ਥੈਂਕ ਯੂ ਜੀ ਸਰ ਥੈਂਕ ਯੂ